ਜਿਹੜੇ ਸਟੈਚੂ ਨੇ ਇਹ ਖਾਸ ਤੌਰ 'ਤੇ ਸਪੈਸ਼ਲ ਆਰਡਰ 'ਤੇ ਬਣਵਾਏ ਗਏ ਨੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ, ਕਿਉਂਕਿ ਇਹਨਾਂ ਦੀ ਕਮੀ ਤਾਂ ਪੂਰੀ ਹੋ ਨਹੀਂ ਸਕਦੀ, ਪਰ ਕਿਤੇ ਨਾ ਕਿਤੇ ਸਟੈਚੂ ਦੇ ਜ਼ਰੀਏ ਜਿਹੜੇ ਹੈਗੇ ਨੇ, ਜਿਹੜੇ ਪਰਿਵਾਰਕ ਮੈਂਬਰ ਨੇ, ਆਪਣੇ ਇਸ ਦਰਦ ਨੂੰ ਸਕੂਨ ਦਿੰਦੇ ਨੇ। ਇੱਕ ਮੇਰੇ ਕੋਲ ਫੋਟੋ ਬਣਨੀ ਆਈ ਹੈ, ਮੇਰੇ ਕੋਲ ਫੋਨ ਆਇਆ, ਉਹ ਕਹਿੰਦੇ ਸਾਡੇ ਕੋਲ ਫੋਟੋ ਵੀ ਹੈ ਨਹੀਂ ਆਉਣ ਵਾਲੀਆਂ, ਜਿਹੜੀਆਂ ਤੁਹਾਡੀਆਂ ਪੀੜ੍ਹੀਆਂ, ਦੋ ਪੀੜ੍ਹੀਆਂ ਦੇ ਫੋਟੋ ਜਾਂ ਕੋਈ ਹੋਰ ਆਪਣੇ ਚਾਚੇ ਤਾਇਆਂ ਦੀ ਫੋਟੋ ਮੈਨੂੰ ਦਿਓ ਸਾਰੇ ਇਕੱਠੇ, ਫਿਰ ਪਿੰਡ ਦੇ ਇੱਕ ਦੋ ਬਜ਼ੁਰਗਾਂ ਨੂੰ ਮੈਨੂੰ ਮਿਲਾਓ। ਪਰ ਉਹਨਾਂ ਨੇ ਸੌਂਹ ਖਾਧੀ ਵੀ ਫੋਟੋ ਅਸੀਂ ਬਣਾਉਣੀ ਹੀ ਬਣਾਉਣੀ, ਕੁਛ ਵੀ ਟ੍ਰੈਂਡ ਚੱਲ ਰਿਹਾ ਨਾ, ਇਹ ਲੋਕਾਂ ਨੂੰ ਕਿਤੇ ਨਾ ਕਿਤੇ ਮਾਨਸਿਕ ਤੌਰ 'ਤੇ ਬਿਮਾਰ ਕਰੂਗਾ ਵੀ ਪੁਤਲਿਆਂ ਨਾਲ ਗੱਲਬਾਤ ਕਰਨੀ। ਬਜ਼ੁਰਗਾਂ ਦਾ ਸਤਿਕਾਰ ਕਰਦੇ ਹੈਗੇ ਨਾ, ਇੱਕ ਉਹਨਾਂ ਦੀ ਸੋਚ ਨੂੰ, ਜੇ ਅੱਜ ਮੈਂ ਆਪਦੇ ਪਿਤਾ ਜੀ ਦਾ ਸਤਿਕਾਰ ਕਰਦਾ, ਆਪਦੇ ਪਿਤਾ ਜੀ ਨੂੰ ਦਵਾਈ ਬੂਟੀ ਦਵਾਉਣਾ, ਉਹਨਾਂ ਦੀ ਫੋਟੋ ਦਾ ਵੀ ਸਤਿਕਾਰ ਕਰਦਾ, ਤਾਂ ਮੇਰਾ ਲੜਕਾ ਤਾਂ ਮੇਰਾ ਕਰੂਗਾ ਹੀ। ਮੈਂ ਨੌਜਵਾਨਾਂ ਦੇ ਫੋਨ ਆਉਂਦੇ ਵੀ ਆਹ ਸਾਡਾ ਮੁੰਡਾ 22-23 ਸਾਲ ਦਾ, ਮੈਂ ਕਹਿੰਦਾ ਵੀ ਨਹੀਂ ਇਹ ਨਹੀਂ ਮਿਲਾਉਣਾ, ਜਾਂ ਤਾਂ ਫੌਜ 'ਚ ਹੋਵੇ ਜਾਂ ਕੋਈ ਮਸ਼ਹੂਰ ਆਦਮੀ ਹੋਵੇ ਹੈਗਾ ਨਾ, ਜਾਂ ਬਜ਼ੁਰਗ, ਮੈਂ ਹਰ ਇੱਕ ਦੇ ਮੈਂ ਵੀ ਨਹੀਂ ਬਣਾਉਂਦਾ ਬਾਈ ਜੀ। ਇੱਦਾਂ ਦੀ ਉਦਾਹਰਨ ਹੈਗੀ ਆ, ਉਹ ਬੰਦਾ ਮੈਨੂੰ ਬਾਅਦ 'ਚ ਦੱਸਿਆ, ਉਹਨੇ ਲੋਨ ਲੈ ਕੇ ਸਟੇਟ ਸਾਨੂੰ ਬਾਅਦ 'ਚ ਪਤਾ ਲੱਗਿਆ ਤੁਹਾਨੂੰ, ਇੱਥੋਂ ਤੱਕ ਸਾਡੇ ਬਜ਼ੁਰਗਾਂ ਕਰਕੇ ਇਹ ਸਾਨੂੰ ਹਮੇਸ਼ਾ ਦੱਸਦੇ ਰਹਿਣਗੇ ਨਾ, ਸਾਡੇ ਅੰਦਰ ਠੋਕਰ ਵੱਜਦੀ ਰਹਿਣੀ ਹੈ ਵੀ ਬਾਪੂ ਐਂ ਕਹਿੰਦਾ ਹੁੰਦਾ ਸੀ, ਬਾਪੂ ਐਂ, ਬਾਪੂ ਨੇ ਤਾਂ ਹਮੇਸ਼ਾ ਚੰਗੀ ਗੱਲ ਹੀ ਕਹਿਣੀ ਆ, ਮਾੜੀ ਨਹੀਂ ਕਹਿਣੀ। ਦਿਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੀ। ਅੱਜ ਕੱਲ੍ਹ ਪੰਜਾਬ ਦੇ ਵਿੱਚ ਇੱਕ ਨਵਾਂ ਟ੍ਰੈਂਡ ਚੱਲਿਆ, ਜੇਕਰ ਤੁਹਾਡੇ ਪਰਿਵਾਰਕ ਮੈਂਬਰਾਂ ਦੇ ਵਿੱਚ ਕੋਈ ਤੁਹਾਡਾ ਜੀ ਜਿਹੜਾ ਹੈਗਾ ਗੁਜ਼ਰ ਜਾਂਦਾ ਹੈ, ਤਾਂ ਉਸ ਤੋਂ ਬਾਅਦ ਉਸਦਾ ਸਟੈਚੂ ਬਣਾਉਣ ਦਾ ਜਿਹੜਾ ਰਿਵਾਜ਼ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ। ਜੀ ਹਾਂ, ਉਸਦੀ ਹੀ ਇੱਕ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ। ਇਹ ਜਿਹੜੇ ਸਟੈਚੂ ਨੇ ਇਹ ਖਾਸ ਤੌਰ 'ਤੇ ਸਪੈਸ਼ਲ ਆਰਡਰ 'ਤੇ ਬਣਵਾਏ ਗਏ ਨੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ, ਕਿਉਂਕਿ ਇਹਨਾਂ ਦੀ ਕਮੀ ਤਾਂ ਪੂਰੀ ਹੋ ਨਹੀਂ ਸਕਦੀ, ਪਰ ਕਿਤੇ ਨਾ ਕਿਤੇ ਸਟੈਚੂ ਦੇ ਜ਼ਰੀਏ ਜਿਹੜੇ ਹੈਗੇ ਨੇ, ਜਿਹੜੇ ਪਰਿਵਾਰਕ ਮੈਂਬਰ ਨੇ, ਆਪਣੇ ਇਸ ਦਰਦ ਨੂੰ ਸਕੂਨ ਦਿੰਦੇ ਨੇ। ਜੀ ਹਾਂ, ਸੋ ਇਸ ਵਕਤ ਅਸੀਂ ਮੋਗਾ ਦੇ ਨਜ਼ਦੀਕ ਜਿਹੜਾ ਪਿੰਡ ਹੈਗਾ, ਬਾਘਾ ਪੁਰਾਣੇ ਦੇ ਨਜ਼ਦੀਕ ਜਿਹੜਾ ਪਿੰਡ ਹੈਗਾ, ਉੱਥੇ ਮੌਜੂਦ ਹਾਂ ਅਸੀਂ। ਸੋ ਜਿਹੜੇ ਇਸ ਕਲਾਕ੍ਰਿਤੀ ਦੇ ਜਿਹੜੇ ਆਪਾਂ ਕਹਿ ਦਈਏ ਕਾਰੀਗਰ ਨੇ, ਉਹਨਾਂ ਨਾਲ ਵੀ ਅਸੀਂ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਕਬਾਲ ਸਿੰਘ ਗਿੱਲ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਖਾਸ ਤੌਰ 'ਤੇ ਇਹ ਸਟੈਚੂ ਬਣਾਉਂਦੇ ਨੇ। ਸੋ ਗੱਲਬਾਤ ਕਰ ਲੈਂਦੇ ਹਾਂ ਭਾਅ ਜੀ, ਇਹ ਨਵਾਂ ਟ੍ਰੈਂਡ ਚੱਲ ਪਿਆ, ਪਰਿਵਾਰਕ ਮੈਂਬਰ ਦੇ ਜਿਹੜੇ ਜੀ ਨੇ ਗੁਜ਼ਰ ਜਾਂਦੇ ਨੇ, ਉਸ ਤੋਂ ਬਾਅਦ ਪੁਤਲੇ ਬਣਵਾਉਂਦੇ ਨੇ, ਕਿਸ ਤਰ੍ਹਾਂ ਦੇਖਦੇ ਹੋ, ਕਿੰਨੀ ਕੁ ਡਿਮਾਂਡ ਆ ਰਹੀ ਹੈ? ਹਾਂਜੀ ਬਾਈ ਜੀ, ਪਹਿਲਾਂ ਤਾਂ ਮੈਂ ਡੇਲੀ ਪੋਸਟ ਪੰਜਾਬ ਨੂੰ ਜੀਓ ਐਂ ਕਹਿੰਦਾ, ਅਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਇਹ ਆਉਂਦਾ ਵੀ ਜਿਹੜੀ ਕਲਾ ਆਰਟ ਹੈ ਉਹ ਇੱਕ ਤਰ੍ਹਾਂ ਦੀ ਹੁੰਦੀ ਆ, ਉਹਦੇ ਗਾਂਹ ਜਿਹੜੇ ਰਾਹ ਰਸਤੇ ਚੇਂਜ ਹੁੰਦੇ ਰਹਿੰਦੇ ਆ ਸਮੇਂ ਸਮੇਂ ਦੇ ਹਿਸਾਬ ਨਾਲ। ਪਹਿਲਾਂ ਹੋਰ ਤਰ੍ਹਾਂ ਦੇ ਸਟੈਚੂ ਸੀ, ਹੁਣ ਹੋਰ ਤਰ੍ਹਾਂ ਦੇ ਸਟੈਚੂ ਬਣਦੇ ਆ, ਅਤੇ ਅੱਜ ਜਿਹੜਾ ਹੁਣ ਟ੍ਰੈਂਡ ਚੱਲ ਰਿਹਾ 2 ਸਾਲ ਤੋਂ, ਇਹ ਵੀ ਜਿਹੜੇ ਆਪਣੇ ਪੁਰਖੇ ਗੁਜ਼ਰ ਜਾਂਦੇ ਆ ਔਰ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੀ ਖਾਤਰ ਆਪਦੇ ਘਰ ਦੇ ਵਿੱਚ, ਅਤੇ ਉਹਨਾਂ ਦੇ ਹੂ ਬਹੂ ਸਟੈਚੂ ਜਿਵੇਂ ਆਹ ਦੇਖੋ ਬਣੇ ਆ, ਉਹਨਾਂ ਦੇ ਕੱਪੜੇ ਵਗੈਰਾ ਪਾ ਕੇ, ਉਹਨਾਂ ਦੀ ਬਾਹਾਂ ਵੀ ਇੱਦਾਂ ਮੂਵ ਕਰਦੀਆਂ ਵੀ ਕੱਪੜੇ ਚੇਂਜ ਕਰਨੇ ਸੌਖੇ ਹੋ ਜਾਣ, ਮਤਲਬ ਇਹ ਚੱਲ ਰਿਹਾ ਜੀ। ਅਤੇ ਅਸੀਂ ਕਾਫੀ ਫੈਮਲੀਆਂ ਨੂੰ ਬਣਾ ਕੇ ਦਿੱਤੇ ਵੀ ਹੈ, ਕਾਫੀ ਅਸੀਂ ਬਣਾਈ ਵੀ ਜਾ ਰਹੇ ਹਾਂ। ਪ੍ਰੋਸੈਸ ਇਹ ਕੰਮ ਥੋੜ੍ਹਾ ਜਿਹਾ ਜੀ ਬਹੁਤ ਔਖਾ ਹੈ, ਕਿਉਂਕਿ ਜਿਹੜਾ ਇਹਨੂੰ ਲੱਗ ਜਾਂਦੇ ਆ ਜੀ ਤਕਰੀਬਨ 2 ਕੁ ਮਹੀਨੇ ਤਕਰੀਬਨ ਇੱਕ ਸਟੈਚੂ ਨੂੰ। ਹਾਂਜੀ, ਇਹਦਾ ਪ੍ਰੋਸੈਸਿੰਗ ਟਾਈਮ ਹੈ, ਕਿਉਂਕਿ ਇਹਦੇ ਵਿੱਚ ਨਾ ਤਾਂ ਕੋਈ ਮਸ਼ੀਨੀ ਕੰਮ ਹੈ ਜੀ, ਨਾ ਕੋਈ ਕੰਪਿਊਟਰ ਦਾ ਕੰਮ ਹੈ, ਨਾ ਕੋਈ ਪ੍ਰਿੰਟਰ ਦਾ ਕੰਮ ਹੈ, ਇਹਦੇ ਵਿੱਚ 100% ਹੈਂਡਮੇਡ ਕੰਮ ਹੈ ਔਰ ਹੱਥ ਦੇ ਨਾਲ ਅਗਲੇ ਦਾ ਜਿਹੜਾ ਚਿਹਰਾ ਮਹੂਰਾ ਮਹਾਂਦਰਾ ਉਹ ਉਕਾਰਨਾ ਪੈਂਦਾ। ਫਿਰ ਇਹ ਡਿਪੈਂਡ ਕਰਦਾ ਫੋਟੋਗ੍ਰਾਫੀ 'ਤੇ, ਫੋਟੋਗ੍ਰਾਫੀ ਕਿੰਨੀ ਕੁ ਕਲੀਅਰ ਹੈ, ਕਿੰਨੇ ਕੁ ਪੁਰਾਣੇ ਸਮੇਂ ਦੀ ਹੈ। ਕਈ ਵਾਰੀ ਅਸੀਂ ਆਪ ਕਨਫਿਊਜ਼ ਹੋ ਜਾਂਦੇ ਹਾਂ ਫੋਟੋਆਂ ਦੇ ਵਿੱਚ, ਕਈ ਵਾਰੀ ਇੱਕ ਐਂਗਲ ਦੀ ਫੋਟੋ ਹੈ ਅਤੇ ਕਈ ਵਾਰੀ ਫੋਟੋ ਜ਼ਿਆਦਾ ਪੁਰਾਣੀ ਹੈ, ਉਹ ਸਾਡਾ ਇੱਕ ਤਰ੍ਹਾਂ ਦਾ ਇਮਤਿਹਾਨ ਹੀ ਹੁੰਦਾ। ਹੁਣ ਮੇਰੇ ਕੋਲ ਇੱਕ ਫੋਟੋ ਬਣਨੀ ਆਈ ਹੈ, ਉਹ ਫੋਟੋ ਹੀ ਸਿਰਫ ਇੱਕ ਸਾਈਡ ਦੀ ਹੈ,
ਉਹ ਦੂਜੀ ਸਾਈਡ ਜਾਂ ਸਾਹਮਣੇ ਵਾਲੀ ਫਰੰਟ ਵਾਲੀ ਤਾਂ ਮੈਂ ਆਪਦੇ ਹਿਸਾਬ ਨਾਲ ਕੱਢੂੰਗਾ, ਸਾਰੇ ਐਂਗਲ ਤੋਂ ਫੋਟੋ ਜ਼ਰੂਰੀ ਹੈ, ਕਿਉਂਕਿ ਮੈਂ ਤਾਂ ਉਹਨੂੰ 365 ਐਂਗਲਾਂ ਤੋਂ ਦਿਖਾਉਣਾ ਹੈ ਨਾ, ਉਹੀ ਬੰਦਾ ਲੱਗੇ ਉੱਥੇ, ਫਿਰ ਸਾਨੂੰ ਚੈਲੇਂਜ ਹੋ ਜਾਂਦਾ। ਇਦੋਂ ਵੀ ਮੈਂ ਵੱਧ ਕੇ ਤੁਹਾਨੂੰ ਇੱਕ ਹੋਰ ਗੱਲ ਕਰਦਾ ਤੁਹਾਡੇ ਦਰਸ਼ਕਾਂ ਨੂੰ ਕੈਮਰੇ ਦੇ ਜ਼ਰੀਏ, ਇੱਕ ਮੇਰੇ ਕੋਲ ਫੋਟੋ ਬਣਨੀ ਆਈ ਹੈ, ਮੇਰੇ ਕੋਲ ਫੋਨ ਆਇਆ, ਉਹ ਕਹਿੰਦੇ ਸਾਡੇ ਕੋਲ ਫੋਟੋ ਵੀ ਹੈ ਨਹੀਂ। ਮੈਂ ਵੱਡਾ ਚੈਲੇਂਜ ਹੈ, ਮੈਂ ਫਿਰ ਮੈਂ ਕੀ ਕਰੂੰ ਫਿਰ, ਮੈਂ ਕਿਹਾ ਦੇਖੋ ਮੈਂ ਰਾਹ, ਦੇਖੋ ਮੈਨੂੰ ਪਰਮਾਤਮਾ ਨੇ ਰੱਬ ਨੇ ਕਲਾ ਬਖਸ਼ੀ ਹੈ, ਪਰ ਮੈਂ ਹਰ ਚੀਜ਼ ਦਾ ਰਾਹ ਕੱਢਣਾ। ਬਿਲਕੁਲ, ਮੈਂ ਕਿਹਾ ਵੀ ਤੁਸੀਂ ਆਪਦੇ ਆਉਣ ਵਾਲੀਆਂ ਜਿਹੜੀਆਂ ਤੁਹਾਡੀਆਂ ਪੀੜ੍ਹੀਆਂ, ਦੋ ਪੀੜ੍ਹੀਆਂ ਦੇ ਫੋਟੋ ਜਾਂ ਕੋਈ ਹੋਰ ਆਪਣੇ ਚਾਚੇ ਤਾਇਆਂ ਦੇ ਫੋਟੋ ਮੈਨੂੰ ਦਿਓ ਸਾਰੇ ਇਕੱਠੇ ਕਰਕੇ, ਫਿਰ ਪਿੰਡ ਦੇ ਇੱਕ ਦੋ ਬਜ਼ੁਰਗਾਂ ਨੂੰ ਮੈਨੂੰ ਮਿਲਾਓ। ਪਰ ਉਹਨਾਂ ਨੇ ਸੌਂਹ ਖਾਧੀ ਵੀ ਫੋਟੋ ਅਸੀਂ ਬਣਾਉਣੀ ਹੀ ਬਣਾਉਣੀ, ਕੁਛ ਵੀ ਹੋ ਜਾਵੇ। ਫਿਰ ਤੁਸੀਂ ਉਸਦਾ ਸਕੈਚ ਬਣਾਓਗੇ ਉਹਨਾਂ ਦਾ? ਉਹਦਾ ਫਿਰ ਅਸੀਂ ਸਕੈਚ ਬਣਾਵਾਂਗੇ, ਸਕੈਚ ਤੋਂ ਵੀ ਪਹਿਲਾਂ, ਜਿਵੇਂ ਕਹਿੰਦੇ ਆ ਕੰਪਿਊਟਰ ਤੋਂ ਵੀ ਪਹਿਲਾਂ ਦਿਮਾਗ ਪੈਦਾ ਹੋਇਆ, ਦਿਮਾਗ ਨੇ ਹੀ ਕੰਪਿਊਟਰ ਪੈਦਾ ਕੀਤਾ। ਸਕੈਚ ਤੋਂ ਵੀ ਪਹਿਲਾਂ ਮੈਂ ਉਹ ਦਿਮਾਗ ਦੇ ਵਿੱਚ ਇੱਕ ਵਿਊ ਬਣਾਇਆ, ਆਕਾਰ ਬਣਾਇਆ, ਜਿਹੜਾ ਕਿ ਮੈਨੂੰ ਆਪਾਂ ਕਹਿ ਦਈਏ ਸੁਪਨਾ ਟਾਈਪ ਹੁੰਦਾ, ਉਹ ਮੈਨੂੰ ਦਿੰਦਾ। ਉਦੋਂ ਬਾਅਦ ਫਿਰ ਮੈਂ ਉਹਨੂੰ ਆਕਾਰਦਾ, ਯਾਨੀ ਇਸ ਕੰਮ ਨੇ ਮੈਂ ਕਹੂੰਗਾ ਵੀ ਮੈਨੂੰ ਵੀ ਬਹੁਤ ਕੁਛ ਸਿਖਾਇਆ, ਮੈਨੂੰ ਵੀ 22-23 ਸਾਲ ਹੋ ਗਏ ਕੰਮ ਕਰਦੇ ਨੂੰ, ਹੁਣ ਜਾ ਕੇ ਮੈਨੂੰ ਕੰਮ ਦਾ ਪਤਾ ਲੱਗਿਆ। ਬਿਲਕੁਲ, 22 ਸਾਲ ਤੁਸੀਂ ਇਸ ਫੀਲਡ ਦੇ ਵਿੱਚ ਹੰਡਾਏ ਤਾਂ ਜਾ ਕੇ ਅੱਜ ਕਾਮਯਾਬੀ ਮਿਲੀ ਹੈ, ਦੂਰ ਦੂਰ ਆਰਡਰ ਆ ਰਹੇ ਨੇ ਤੁਹਾਨੂੰ ਵਿਦੇਸ਼ਾਂ ਤੋਂ ਵੀ। ਬਿਲਕੁਲ ਹਾਂਜੀ, ਅਮੈਰੀਕਾ ਦੇ ਵਿੱਚ ਵੀ ਇੱਕ ਸਟੈਚੂ ਬਣ ਕੇ ਗਿਆ, ਔਰ ਮੈਂ ਉਹ ਗੱਲ ਦੱਸਦਾ ਤੁਹਾਨੂੰ, ਅਮੈਰੀਕਾ ਦੇ ਵਿੱਚ ਸਟੈਚੂ ਬਣ ਕੇ ਗਿਆ ਸਰਦਾਰ ਸਾਹਿਬ ਦਾ, ਔਰ ਉੱਥੇ ਇੱਕ ਸ਼ਾਦੀ ਸੀ, ਵਿਆਹ ਸੀ, ਔਰ ਵਿਆਹ ਤੋਂ ਇੱਕ ਦਿਨ ਹੀ ਪਹਿਲਾਂ ਪੁੱਜਿਆ ਬਾਏ ਏਅਰ ਗਿਆ ਉਹ, ਸਪੈਸ਼ਲ ਉਹਦੀ ਟਿਕਟ ਹੋਈ ਹੈ, ਔਰ ਜਿੰਨਾ ਖਰਚਾ ਸਟੈਚੂ 'ਤੇ ਹੋਇਆ ਉਨਾ ਹੀ ਉਹਦੇ ਪਹੁੰਚਣ 'ਤੇ ਹੋਇਆ। ਹੁਣ ਇੱਕ ਕੈਨੇਡਾ ਦੇ ਵਿੱਚ ਟੋਰਾਂਟੋ ਸਟੈਚੂ ਗਿਆ ਵਾ, ਹਾਲੇ ਪਹੁੰਚਿਆ ਨਹੀਂ ਉਹ। ਅਤੇ ਮਤਲਬ ਬਾਹਰਲੇ ਕੰਟਰੀਆਂ ਦੇ ਵਿੱਚ ਦੇਖੋ ਜਿਹੜੇ, ਮੈਂ ਇੱਕ ਹੋਰ ਗੱਲ ਕਰਦਾ, ਕਈ ਲੋਕ ਨਾ ਕਮੈਂਟਾਂ ਦੇ ਵਿੱਚ ਕਹਿ ਦਿੰਦੇ, ਤੁਹਾਡੇ ਵੀ ਚੈਨਲਾਂ ਦੇ ਥੱਲੇ ਕਹਿਣਗੇ ਪਹਿਲਾਂ ਸੇਵਾ ਨਹੀਂ ਕਰਦੇ ਜੀ, ਹੁਣ ਐਂ ਕਰਦੇ, ਪਰ ਨਹੀਂ, ਮੇਰਾ ਨਿੱਜੀ ਤਜਰਬਾ, ਮੈਂ ਜਿੱਥੇ ਵੀ ਫੋਟੋ ਲਾਉਣ ਜਾਂਦਾ ਮੈਂ ਉਹਦੇ ਆਈਡੀਏ ਕੱਢਦਾ, ਵਿੱਚੋਂ ਗੱਲਾਂ 'ਚ ਗੱਲ ਐਡ ਹੋ ਜਾਂਦੀ ਹੈ। ਤੁਹਾਡੀ ਗੱਲ ਕੱਟ ਰਹੇ, ਕਿਤੇ ਨਾ ਕਿਤੇ ਇਹ ਵੀ ਕਹਿ ਰਹੇ ਨੇ ਲੋਕ, ਕਹਿੰਦੇ ਜਿਹੜਾ ਇਹ ਟ੍ਰੈਂਡ ਚੱਲ ਰਿਹਾ ਨਾ, ਇਹ ਲੋਕਾਂ ਨੂੰ ਕਿਤੇ ਨਾ ਕਿਤੇ ਮਾਨਸਿਕ ਤੌਰ 'ਤੇ ਬਿਮਾਰ ਕਰੂਗਾ, ਵੀ ਪੁਤਲਿਆਂ ਨਾਲ ਗੱਲਬਾਤ ਕਰਨੀ, ਵੀ ਤੁਸੀਂ ਇੱਕ ਤਰ੍ਹਾਂ ਦਾ ਮੈਂਟਲ ਜਿਹੜਾ ਹੈਗਾ ਪ੍ਰੋਬਲਮਸ ਆਉਣੀ ਸ਼ੁਰੂ ਹੋ ਜਾਣਗੇ ਲੋਕਾਂ ਨੂੰ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ? ਮੈਂ ਇਹਦੇ ਬਾਰੇ ਦੱਸਦਾ, ਮੈਂ ਉਹੀ ਗੱਲ ਸ਼ੁਰੂ ਕੀਤੀ ਨਾ ਜਿਹੜੀ ਮੈਂ ਤੁਸੀਂ ਗੱਲ ਕੀਤੀ, ਮੈਂ ਇਹਦਾ ਐਂਡ ਕਰਦਾ ਸੀਗਾ ਜੀ। ਇੱਕ ਫਿਰੋਜ਼ਪੁਰ ਦੀ ਉਦਾਹਰਨਾ, ਔਰ ਉਦਾਹਰਨਾ ਤਾਂ ਕਾਫੀ, ਮੈਂ ਇੱਕ ਹੀ ਦੱਸੂੰਗਾ ਕੈਮਰੇ ਦੇ ਜ਼ਰੀਏ, ਮੈਂ ਇੱਕ ਪਰਿਵਾਰ ਬਾਰੇ ਦੱਸ ਸਕਦਾ। ਉਹ ਲੜਕਾ ਸੀ, ਉਹਦੇ ਪਿਤਾ ਜੀ ਫੌਜ ਪੁਲਿਸ ਦੇ ਵਿੱਚ ਸੀ, ਪੰਜਾਬ ਪੁਲਿਸ ਦੇ ਵਿੱਚ, ਔਰ ਕਾਫੀ ਸਮੇਂ ਤੋਂ ਉਹ ਸੋਚ ਰਿਹਾ ਸੀ, 7 ਸਾਲ ਹੋ ਗਏ ਸੀ ਡੈਥ ਹੋਈ ਨੂੰ, ਉਹ 3 ਸਾਲ ਤੋਂ ਮੈਨੂੰ ਫਾਲੋ ਕਰ ਰਿਹਾ ਸੀ ਵੀ ਜਦੋਂ ਵੀ ਮੈਂ ਘਰ ਨਵਾਂ ਪਾਊਂਗਾ, ਔਰ ਨਵੇਂ ਘਰ ਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਦਾ ਸਟੈਚੂ ਲਗਾਊਂਗਾ, ਔਰ ਇਕਬਾਲ ਤੋਂ ਬਣਵਾਊਂਗਾ, ਔਰ ਪੂਰਾ ਵਧੀਆ, ਸਾਨੂੰ ਜਿੰਨਾ ਵੀ ਟਾਈਮ ਲੱਗ ਜੇ ਵਧੀਆ ਬਣਵਾਊਂ, ਜਿੰਨਾ ਵੀ ਪੈਸਾ ਲੱਗ ਜੇ, ਉਹਦੇ ਕਹਿਣ ਦੇ ਸੀਗੇ। ਚਲੋ ਜੀ, ਉਹ ਬਾਈ ਨੇ ਮੈਨੂੰ ਆਰਡਰ ਦਿੱਤਾ, ਔਰ ਬਹੁਤ ਸੋਹਣਾ ਸਟੈਚੂ ਬਣਿਆ, ਔਰ ਅਸੀਂ ਉਹਨਾਂ ਦੇ ਘਰ ਸੁਖਮਣੀ ਸਾਹਿਬ ਦਾ ਪਾਠ ਸੀ ਉੱਥੇ ਲਗਾਇਆ, ਬਹੁਤ ਲੋਕਾਂ ਨੇ ਪਸੰਦ ਕੀਤਾ, ਔਰ ਮੈਂ ਆਸੇ ਪਾਸੋਂ ਹੀ ਪਤਾ ਕੀਤਾ, ਉਹ ਕਹਿੰਦੇ ਵੀ ਇਹ ਪਹਿਲਾਂ ਵੀ ਬਹੁਤ ਸੇਵਾ ਕਰਦੇ ਪਿਤਾ ਦੀ, ਬਹੁਤ ਲਾਇਕ ਮੁੰਡਾ, ਮਤਲਬ ਜਿਹੜੀਆਂ ਫੈਮਿਲੀਆਂ ਸਤਿਕਾਰ ਕਰਦੀਆਂ, ਇਹ ਤਾਂ ਸਤਿਕਾਰ ਹੈ, ਬਜ਼ੁਰਗਾਂ ਦਾ ਸਤਿਕਾਰ ਕਰਦੇ ਹੈਗੇ ਨਾ, ਇੱਕ ਉਹਨਾਂ ਦੀ ਸੋਚ ਨੂੰ, ਜੇ ਅੱਜ ਮੈਂ ਆਪਦੇ ਪਿਤਾ ਜੀ ਦਾ ਸਤਿਕਾਰ ਕਰਦਾ, ਆਪਦੇ ਪਿਤਾ ਜੀ ਨੂੰ ਦਵਾਈ ਬੂਟੀ ਦਵਾਉਣਾ, ਉਹਨਾਂ ਦੀ ਫੋਟੋ ਦਾ ਵੀ ਸਤਿਕਾਰ ਕਰਦਾ, ਤਾਂ ਮੇਰਾ ਲੜਕਾ ਤਾਂ ਮੇਰਾ ਕਰੂਗਾ ਹੀ, ਇਹਦਾ ਚੇਨ ਹੈ, ਹੱਥ ਨੂੰ ਹੱਥ ਹੈ, ਜੇ ਮੈਂ ਫੋਟੋਆਂ ਨੂੰ ਸਾਂਭਾ ਹੀ ਨਾ, ਬਣਵਾਵਾਂ ਹੀ ਨਾ, ਜਾਂ ਕੁਛ ਵੀ ਕਰਾਂ, ਤਾਂ ਫਿਰ ਮੇਰਾ ਸਤਿਕਾਰ ਕਿਵੇਂ ਹੋ ਜੂ ਬਈ? ਇਹਦੇ ਵਿੱਚ ਕੀ ਆ, ਦੇਖੋ ਮੈਂ ਇੱਕ ਗੱਲ ਕਹਿੰਦਾ, ਹੈ ਤਾਂ ਇਹ ਸਰਦੇ ਵਰਦੇ ਫੈਮਿਲੀਆਂ ਦਾ ਕੰਮ ਹੈ, ਜਾਂ ਫੈਕਟਰੀਆਂ ਦੇ ਮਾਲਕ ਜਿਹੜੇ ਵੱਡੇ ਧਨਾੜ ਸੇਠ ਹੈ, ਜਾਂ ਜਿਨ੍ਹਾਂ ਨੇ ਕੋਈ ਫਾਊਂਡਰ ਹੈ, ਕਿਸੇ ਸਕੂਲ ਦਾ ਫਾਊਂਡੇਸ਼ਨ ਰੱਖੀ ਆ, ਨੀਹਾਂ ਰੱਖੀਆਂ ਕਈਆਂ ਨੇ, ਅਤੇ ਜਿਨ੍ਹਾਂ ਨੇ ਬਹੁਤ ਤਰੱਕੀ ਕੀਤੀ ਆ, ਉਹਨਾਂ ਦੇ ਬਣਦੇ ਆ, ਅਤੇ
ਠੀਕ ਆ, ਇੰਨੇ ਤਾਂ ਅਸੀਂ ਕਿੰਨੇ ਕਰੋੜਾਂ ਲੋਕ ਆ, ਇੰਨੇ ਤਾਂ ਅਸੀਂ, ਮੈਂ ਕਿੰਨੇ ਕੁ ਬਣਾ ਲੂੰ, ਮੈਂ ਆਪਦੀ ਲਾਈਫ 'ਚ ਵੱਧ ਤੋਂ ਵੱਧ 50 ਸੌ ਬਣਾ ਲੂੰ, ਹੋਰ ਕਿੰਨੇ ਕੁ ਬਣਾ ਲੂੰਗਾ। ਮਤਲਬ ਇਹ ਸੋਚਦਾ ਵੀ ਮੇਰੇ ਕੋਲ ਫੋਨ ਇੰਨੇ ਆਉਂਦੇ ਆ, ਮੇਰੇ ਕੋਲ ਮੈਂ ਨੌਜਵਾਨਾਂ ਦੇ ਫੋਨ ਆਉਂਦੇ ਵੀ ਆਹ ਸਾਡਾ ਮੁੰਡਾ 22-23 ਸਾਲ ਦਾ, ਮੈਂ ਕਹਿੰਦਾ ਵੀ ਨਹੀਂ, ਇਹ ਨਹੀਂ ਮਿਲਾਉਣਾ। ਜਾਂ ਤਾਂ ਫੌਜ 'ਚ ਹੋਵੇ, ਜਾਂ ਕੋਈ ਮਸ਼ਹੂਰ ਆਦਮੀ ਹੋਵੇ, ਹੈ ਨਾ, ਜਾਂ ਬਜ਼ੁਰਗ ਹੋਵੇ, ਮੈਂ ਹਰ ਇੱਕ ਦੇ, ਮੈਂ ਵੀ ਨਹੀਂ ਬਣਾਉਂਦਾ ਬਾਈ ਜੀ। ਹਾਂਜੀ, ਕਿਉਂਕਿ ਜਦੋਂ ਮੈਂ ਬਣਾਉਣਾ, ਮੇਰੀ ਆਪ ਰੂਹ ਕਰਲਾਉਂਦੀ ਹੈ ਵੀ ਯਾਰ ਛੋਟੀ ਜਿਹੀ ਉਮਰ 'ਚ ਮੁੰਡੇ ਦੀ ਡੈਥ ਹੋ ਗਈ, ਯਾਰ ਇਹਦੇ ਮਾਂ ਪਿਓ ਦੇਖਣਗੇ, ਉਹਨਾਂ ਦੇ ਜਾਕਮ ਹਰੇ ਹੋਣਗੇ, ਮੈਂ ਬਣਾਉਂਦਾ ਨਹੀਂ ਵੀਰੇ। ਮੂਲੋਂ ਕੀ ਕਹਿਣਾ, ਜਿਵੇਂ ਚਲੋ ਮੂਸੇ ਵਾਲਾ ਵੀਰ ਸੀਗਾ, ਮੂਡ ਵੀ ਅਪਸੈਟ ਹੋ ਜਾਂਦਾ। ਹਾਂਜੀ ਹਾਂਜੀ, ਜਿਵੇਂ ਹੁਣ ਮੂਸੇ ਵਾਲਾ ਵੀਰ ਸੀ, ਜਦੋਂ ਮੈਂ ਉਹਦਾ ਬਣਾਇਆ ਸੀ, ਉਹ ਤੁਹਾਡੇ ਚੈਨਲ ਦੇ ਜ਼ਰੀਏ ਵੀ ਲੋਕਾਂ ਨੇ ਦੇਖਿਆ, ਉਦੋਂ ਵੀ ਮੇਰੀਆਂ ਅੱਖਾਂ 'ਚੋਂ ਆਂਸੂ ਆਉਂਦੇ ਸੀ। ਨੰਗਲ ਅੰਬੀਆਂ ਦਾ ਬਣਾਇਆ, ਉਹ ਵੀ ਨੰਗਲ ਅੰਬੀਆਂ ਦਾ ਜਦੋਂ ਬਣਾਇਆ, ਬਣਾ ਕੇ ਸਟੈਚੂ ਅਸੀਂ ਵੀਰ ਦਾ, ਜਿਹੜਾ ਆਪਣਾ ਕਬੱਡੀ ਦਾ ਖਿਡਾਰੀ ਹੋਇਆ, ਹਾਂਜੀ ਹਾਂ, ਅਤੇ ਜਦੋਂ ਅਸੀਂ ਲਗਾਇਆ ਉੱਥੇ, ਜਦੋਂ ਲਾ ਕੇ ਉਹਦੇ ਬੱਚਿਆਂ ਨੇ ਜੱਫੀ ਪਾ ਕੇ ਸਟੈਚੂ ਨੂੰ ਮਤਲਬ ਹੱਗ ਕੀਤਾ, ਅਤੇ ਮੈਥੋਂ ਦੇਖਿਆ ਨਹੀਂ, ਮੈਂ ਪਿੱਛੇ ਚਲਾ ਗਈ ਸਾਰੀ ਸੰਗਤ ਨੂੰ, ਨਾਲੇ ਮੈਂ ਖੁਦ ਸਟੈਚੂ ਬਣਾਇਆ ਸੀ। ਮਤਲਬ ਦਿਲ ਤਾਂ ਮੇਰੇ 'ਚ ਵੀ ਹੈ ਕਿ ਜੇ ਮੈਂ ਬਣਾਉਣਾ, ਪਰ ਮੈਂ ਉਦੋਂ ਬਾਅਦ ਇਹ ਸੋਚਿਆ ਵੀ ਨਹੀਂ, ਆਪਾਂ ਨੌਜਵਾਨਾਂ ਦੇ ਨਹੀਂ ਬਣਾਉਣੇ, ਛੋਟੀ ਇਹ ਚੀਜ਼ਾਂ ਤੁਹਾਨੂੰ ਵੀ ਇਫੈਕਟ ਕਰਦੀਆਂ ਨੇ। ਤਾਂ ਜਿਹੜੇ ਪਰਿਵਾਰ ਆਪਾਂ ਕਹਿ ਦਈਏ ਉਹਨਾਂ ਨੂੰ ਕਮੀ ਮਹਿਸੂਸ ਹੁੰਦੀ ਹੈ ਆਪਣੇ ਆਪਣੇ ਜਿਹੜੇ ਜੀ ਜਿਹੜੇ ਗੁਜ਼ਰ ਜਾਂਦੇ ਨੇ, ਜਦੋਂ ਪੁਤਲਾ ਬਣਦਾ, ਜਦੋਂ ਸਟੈਚੂ ਬਣਦਾ, ਫਿਰ ਤੁਹਾਨੂੰ ਵੀ ਦੁਆਵਾਂ ਦਿੰਦੇ ਨੇ ਵੀ ਤੁਸੀਂ ਹੂ ਹੂ ਬਣਾ ਦਿੱਤਾ ਕਿਤਨਾ ਕਿਤੇ। ਬਹੁਤ ਬਾਈ, ਬਹੁਤ ਸਾਨੂੰ ਕਹਿੰਦੇ ਆ, ਸਾਡੇ ਜਿਹੜੇ ਪੁਰਖੇ ਸੀ ਵੱਡ ਵਡੇਰੇ, ਇਸ ਜਦੋਂ ਮੋਸ਼ਨ ਭਾਵਨਾਵਾਂ ਜੁੜਦੀਆਂ ਉਦੋਂ ਪੈਸਾ ਮੈਟਰ ਨਹੀਂ ਕਰਦਾ ਗਾ, ਵੱਡੀ ਗੱਲ ਹੈ ਜੀ। ਮੈਂ ਵੀ ਸਾਡੇ ਯਾਰ ਬਜ਼ੁਰਗ ਕੋਲ ਆ, ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਨਵੇਂ ਸ਼ਹਿਰ ਦੀ ਜੀ। ਕੁੜੀ ਅਨਰੀਤ ਦਸਾਂਝ ਆ, ਮੈਂ ਤੁਹਾਨੂੰ ਨੰਬਰ ਵੀ ਦੇ ਸਕਦਾ, ਉਹਨੇ ਆਪਦੀ ਮਾਂ ਦਾ ਸਟੈਚੂ ਬਣਾਇਆ, ਔਰ ਸ਼ੁਰੂਆਤ ਵੀ ਉੱਥੋਂ ਹੀ ਹੋਈ ਸਾਡੀ, 3 ਸਾਲ ਪਹਿਲਾਂ, 2.5-3 ਸਾਲ ਪਹਿਲਾਂ। ਪਹਿਲਾਂ ਸਟੈਚੂ ਅਸੀਂ ਦੂਜੇ ਬਣਾਉਂਦੇ ਸੀ, ਜਿਹੜੇ ਆਮ ਸਟੈਚੂ ਹੁੰਦੇ ਸੀ, ਜਿਵੇਂ ਆ ਕੱਪੜਿਆਂ ਟ੍ਰੈਂਡ ਹੈ, ਬਾਅਦ 'ਚ ਚਲਾਇਆ ਸੀ। ਉਹ ਕਾਫੀ ਪਰੇਸ਼ਾਨ ਸੀ ਵੀ ਮੇਰੀ ਮਾਂ ਕਿਸੇ ਰੂਪ ਦੇ ਵਿੱਚ ਮੇਰੇ ਕੋਲ ਰਹੇ, ਉਹ ਖੁਦ ਪਰੇਸ਼ਾਨ ਸੀ, ਡਿਪਰੈਸ਼ਨ 'ਚ ਸੀ। ਜਦੋਂ ਅਸੀਂ ਸਟੈਚੂ ਬਣਾਇਆ, ਮੈਂ ਇਕੱਲੀ ਇਕੱਲੀ ਚੀਜ਼ ਉਹ ਤੋਂ ਮੰਗਵਾਈ ਵੀ ਆਹ ਤੂੰ ਮਾਂ ਦੇ ਆਪਦੀ ਕੱਪੜੇ ਦੇ, ਮੈਨੂੰ ਜੁੱਤੇ ਦੇ, ਉਹਦੇ ਕਲਿੱਪ ਕਿੱਦਾਂ ਦੇ ਸੀ, ਕਿਵੇਂ ਉਹਨਾਂ ਦੇ ਸਾਰੇ ਮਤਲਬ ਬੋਡੀ ਲੈਂਗੁਏਜ, ਜਦੋਂ ਸਾਰੀ ਚੀਜ਼ ਉਹਨੂੰ ਰੁਚੀ ਹੋ ਗਈ, ਜੋ ਬਣਾ ਕੇ ਲਗਾਇਆ, ਬਹੁਤ ਖੁਸ਼ ਹੋਈ, ਡਿਪਰੈਸ਼ਨ ਠੀਕ ਹੋ ਗਿਆ। ਮੈਂ ਕਹਿੰਦਾ ਉਹ ਕੁੜੀ ਇੰਨੀ ਦੇਖੋ ਖੁਸ਼ ਹੋਈ, ਉਹ ਕਹਿੰਦੀ ਵੀ ਅੱਜ ਚੱਲ ਕੁਛ ਤਾਂ ਮੇਰਾ ਦਰਦ ਘਟਿਆ ਹੀ ਆ ਨਾ। ਅਤੇ ਇਹ ਹੁੰਦਾ ਵੀ ਬਾਈ ਜੀ ਅੱਡੋ ਅੱਡੀ ਸੋਚ ਹੁੰਦੀ ਆ, ਕਹਿੰਦਾ ਹਰ ਬੰਦੇ ਪਾਸੇ। ਲੋਕ ਕਹਿ ਰਹੇ ਨੇ ਵੀ ਇਹਦੇ ਕਾਰਨ ਲੋਕ ਮਾਨਸਿਕ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਉਹਨਾਂ ਨੂੰ, ਹੈ ਨਾ, ਵੀ ਮਾਨਸਿਕ ਰੋਗੀ ਬਣ ਜਾਣਗੇ। ਦੂਜੇ ਪਾਸੇ ਡਿਪਰੈਸ਼ਨ ਤੋਂ ਬਾਹਰ ਆ ਰਹੇ ਨੇ, ਜਿਵੇਂ ਤੁਸੀਂ ਉਦਾਹਰਨ ਦਿੱਤੀ ਆ, ਕਿਉਂਕਿ ਮੇਰੇ ਕੋਲ ਉਦਾਹਰਨਾਂ ਪਈਆਂ, ਮੇਰੇ ਕੋਲ ਉਦਾਹਰਨਾਂ ਪਈਆਂ। ਲੈ ਅੱਜ ਦੀ ਗੱਲ ਦੱਸਦਾ, ਤੁਹਾਡਾ ਫੋਨ ਆਇਆ ਮੈਨੂੰ 12:30-12:30 ਜੀ, 12:30। ਮੈਨੂੰ ਉਹਦੇ ਜਲੰਧਰ ਤੋਂ ਫੋਨ ਆਇਆ, ਬਲਿਨੋ ਮੋਟਰ ਹੈਗਾ ਆਪਣਾ ਪੰਪ ਹੈ, ਮੋਟਰ ਕੀ ਕਹਿੰਦੇ ਹੁੰਦੇ ਆਪਣੇ ਮੀਟਰ, ਬਲਿਨੋ ਮੋਟਰ ਮੀਟਰ ਜਿਹੜਾ ਉਹਦਾ ਫਾਊਂਡਰ ਹੈ, ਜਿਹਨੇ ਸਭ ਤੋਂ ਪਹਿਲਾਂ ਮੀਟਰ ਤਿਆਰ ਕੀਤਾ ਸੀਗਾ, ਜਾਂ ਨਲਕੇ ਵਾਲੀ ਬੋਕੀ ਤਿਆਰ ਕੀਤੀ ਸੀ, ਉਹਨਾਂ ਨੇ ਆਪਦੇ ਦਾਦੇ ਦਾ ਬਣਵਾਇਆ ਸੀ ਸਟੈਚੂ, ਫੈਕਟਰੀ 'ਚ ਲਾਉਣ ਨੂੰ ਜਲੰਧਰ ਲੱਗਿਆ ਵਾ। ਉਹ ਆਰਡਰ ਆ ਗਿਆ, ਉਹ ਅੱਜ ਤੋਂ 5 ਸਾਲ ਪਹਿਲਾਂ ਬਣਾਇਆ ਸੀ ਉਹਨਾਂ, ਬਣਾਇਆ ਸੀ ਉਹਨਾਂ ਦਾ ਜਿਹੜਾ ਦਾਦਾ, ਤਾਂ ਕਾਫੀ ਟਾਈਮ 40 ਸਾਲ ਪਹਿਲਾਂ ਦਾ ਪੂਰਾ ਹੋਇਆ ਸੀ। ਜਿਹੜਾ ਹੁਣ ਉਹਦਾ ਮੁੰਡਾ ਸੀਗਾ, ਉਹ ਫੈਕਟਰੀ ਸੰਭਾਲਦਾ ਸੀ, ਉਹ ਵੀ ਸਿੱਖ ਸੀ, ਬਿਮਾਰ ਸੀਗਾ, ਉਹ ਵੀ ਪਿੱਛੇ ਪੂਰੇ ਹੋ ਗਏ। ਹੁਣ ਉਹਨਾਂ ਦਾ ਮੈਨੂੰ ਉਦੋਂ ਫੋਨ ਆਇਆ, ਕਹਿੰਦੇ ਵੀ ਆਪਾਂ ਇਹਨਾਂ ਦਾ ਵੀ ਬਣਾਉਣਾ, ਪਿਤਾ ਜੀ ਦਾ, ਉਹ ਮੁੰਡੇ ਦਾ ਫੋਨ ਆਇਆ, ਕਹਿੰਦੇ ਮੇਰੇ ਪਿਤਾ ਜੀ ਪੂਰੇ ਹੋ ਗਏ, ਇਹਨਾਂ ਦਾ ਹੀ ਬਣਾਉਣਾ, ਬਰਾਬਰ ਹੀ ਖੜਾ ਕੇ, ਫਿਰ ਸਤਿਕਾਰ ਹੋ ਗਿਆ ਨਾ ਬਿਲਕੁਲ। ਅਤੇ ਉਹ ਜਦੋਂ ਹੁਣ ਉਹਦੀ ਫੈਕਟਰੀ ਦੇ ਵਿੱਚ ਅਗਲਾ ਆ ਕੇ ਦੇਖਦਾ, ਕਹਿੰਦੇ ਇਹ ਸਾਡੇ ਬਜ਼ੁਰਗ ਆ ਜੀ, ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਪਹਿਲਾਂ ਇਹਨਾਂ ਨੇ ਨਲਕੇ ਵਾਲੀ ਇਸ ਤਰ੍ਹਾਂ ਬੋਕੀ ਬਣਾਈ, ਫਿਰ ਵੱਡੀ ਬੋਕੀ ਬਣਾਈ, ਫਿਰ ਪੰਪ ਬਣਾਇਆ, ਇਹ ਸਾਡੇ ਪਿਤਾ ਜੀ ਨੇ ਗਾ ਫੈਕਟਰੀ ਚਲਾਈ। ਉਹ ਇੱਕ ਇਸ ਤਰ੍ਹਾਂ ਮੈਂ
ਮੈਨੂੰ ਵੀ ਖੁਸ਼ੀ ਹੁੰਦੀ ਬਣਾਉਣ 'ਚ, ਕਿਉਂਕਿ ਮੈਂ ਕਹਿੰਦਾ ਵੀ ਯਾਦਾਸ਼ਤ ਰਹਿੰਦੀ ਹੈ ਤਾਜ਼ਾ। ਬਿਲਕੁਲ ਇਕਬਾਲ ਜੀ, ਜਿਹੜਾ ਸਟੈਚੂ ਵਿੱਚ ਤੁਸੀਂ ਮਟੀਰੀਅਲ ਵਰਤਦੇ ਹੋ, ਉਹ ਕੁਝ ਖਾਸ ਤੌਰ ਦਾ ਪ੍ਰਕਾਰ ਦਾ ਮਟੀਰੀਅਲ ਹੁੰਦਾ ਉਹ? ਹਾਂਜੀ, ਇਸ ਕੰਮ 'ਤੇ ਨਾ ਮੈਂ ਕੁਛ ਆਮ ਨਾਲੋਂ ਹਟ ਕੇ ਵੱਖਰੇ ਤਜਰਬੇ ਕੀਤੇ ਆ। ਉਹ ਕਿਉਂ ਕੀਤੇ? ਮੈਨੂੰ ਪਹਿਲੀ ਗੱਲ ਤਾਂ ਇਹ ਤਜਰਬਾ ਕਰਦੇ ਨੂੰ ਹੋ ਗਏ ਸੀ 5 ਸਾਲ। ਮੈਂ ਇੰਗਲੈਂਡ ਗਿਆ ਅੱਜ ਤੋਂ 5 ਸਾਲ ਪਹਿਲਾਂ, ਲੰਡਨ ਦੇ ਵਿੱਚ। ਉੱਥੇ ਵੈਕਸ ਮਿਊਜ਼ੀਅਮ ਹੈ ਔਰ ਬੜੇ ਓਰੀਜਨਲ ਸਟੈਚੂ ਆ, ਮੁੱਛਾਂ ਦਾੜੀ ਉਵੇਂ ਆਪਣੇ ਮੋਦੀ ਜੀ ਦਾ, ਅਮਿਤਾਭ ਬੱਚਨ ਜੀ ਦਾ, ਬਹੁਤ ਵਧੀਆ, ਮਤਲਬ ਜਿਵੇਂ ਸ਼ਾਹਰੁਖ ਖਾਨ ਦਾ, ਅਮੀਰ ਖਾਨ ਦਾ, ਸਾਰੇ ਸਟੈਚੂ ਹੈਗੇ ਆ ਉੱਥੇ, ਸਲਮਾਨ ਖਾਨ ਦਾ ਵੀ। ਅਤੇ ਮੈਨੂੰ ਦਿਮਾਗ 'ਚ ਆਈ, ਮੈਂ ਕਿਹਾ, ਜਦੋਂ ਮੈਂ ਸਾਰੀ ਗੱਲਬਾਤ ਕੀਤੀ, ਉਹ ਸਟੈਚੂ ਮਹਿੰਗੇ ਬਹੁਤ ਆ, ਕਹਿੰਦੇ ਆ ਵੀ ਉਹ 20-25 ਲੱਖ ਦਾ ਸਟੈਚੂ ਬਣਦਾ। ਮੈਂ ਕਿਹਾ ਵੀ ਯਾਰ ਇਹ ਚੀਜ਼ ਅਸੀਂ ਤਾਂ, ਸਾਡਾ ਕੰਟਰੀ ਤਾਂ ਅਫੋਰਡ ਹੀ ਨਹੀਂ ਕਰ ਪਾਊਗਾ, ਸਾਡਾ ਤਾਂ ਵੱਧ ਤੋਂ ਵੱਧ 1 ਬਣੂ ਜਾਂ 2 ਬਣਗੇ। ਪਰ ਕੰਮ ਮੈਂ ਇੰਡੀਆ 'ਚ ਚਲਾਉਣਾ, ਮੈਂ ਪੰਜਾਬ 'ਚ, ਮੇਰੀ ਪਹਿਲਾਂ ਤੋਂ ਸੋਚ ਸੀ ਵੀ ਮੈਂ ਬਾਹਰ ਕੰਮ ਨਹੀਂ ਕਰਨਾ। ਮੈਂ 9 ਕੰਟਰੀ ਗਏ ਆ, 9 ਕੰਟਰੀ ਦਾ ਵਿਜ਼ਿਟ ਕਰਕੇ ਫਿਰ ਇੱਥੇ ਆਇਆ। ਮੈਂ ਕਿਹਾ ਬਾਹਰ ਕੰਮ ਨਹੀਂ ਕਰਨਾ, ਕਰਨਾ ਇੱਥੇ ਹੀ ਹੈ। ਮੈਂ ਕਿਹਾ ਇਹਦਾ ਮੈਂ ਕੋਈ ਸਸਤਾ ਸੌਖਾ ਜਿਹੜਾ ਕਿ ਇਦੋਂ, ਮੈਂ ਕਹੂੰਗਾ ਵੀ ਜੇ ਉਹ 25 ਲੱਖ ਦਾ ਬਣਦਾ ਜਾਂ 10 ਲੱਖ ਦਾ ਬਣਦਾ, ਤਾਂ ਸਾਡਾ ਸਟੈਚੂ ਕਮ ਸੇ ਕਮ 1 ਲੱਖ ਰੁਪਈਏ 'ਚ ਤਿਆਰ ਹੋਵੇ, ਵੀ ਉਹਦੇ ਹਾਣ ਦਾ ਹੋਵੇ। ਹਾਂ, ਉਹਦੇ ਹਾਣ ਦਾ ਹੋਵੇ ਔਰ ਉਦੋਂ ਸਟਰੋਂਗ ਹੋਵੇ ਔਰ ਸਾਡੇ ਜਿਹੜੇ ਮੌਸਮ ਹੈ, ਗਰਮੀ ਸਰਦੀ ਨੂੰ ਚੱਲ ਸਕੇ, ਉਹਨੂੰ ਵਾਸ਼ ਕਰ ਸਕੀਏ, ਧੋ ਸਕੀਏ। 25 ਲੱਖ ਵਾਲੇ ਸਟੈਚੂ ਦੇ ਮੁਕਾਬਲੇ ਜ਼ਿਆਦਾ ਆਪਾਂ ਕਹਿ ਦਈਏ ਮਜ਼ਬੂਤੀ ਹੈ, ਕਿਉਂਕਿ ਇਹਨੂੰ ਏਸੀ 'ਚ ਰੱਖਣ ਦੀ ਲੋੜ ਨਹੀਂ, ਏਸੀ 'ਚ ਰੱਖਣਾ ਪੈਂਦਾ ਇਹਨੂੰ, ਗਰਮੀ ਗਰਮੀ ਵੀ ਚੱਲ, ਤਾਪਮਾਨ ਬਹੁਤ ਹੈ। ਫਿਰ ਕਾਰਬਨ ਫਾਈਬਰ ਆ, ਜਿਵੇਂ ਆਪਣੇ ਹੈਲਮਟ ਹੁੰਦੇ ਆ ਜਾਂ ਬੁਲਟ ਪਰੂਫ ਜਾਕਟ ਹੁੰਦੀ, ਉਹਦਾ ਹੁੰਦਾ। ਅਤੇ ਫਿਰ ਸਟਰੋਂਗ ਆਪਣੇ, ਕਿਉਂਕਿ ਆਪਣੇ ਬੱਚੇ ਵੀ ਥੋੜ੍ਹੇ ਸ਼ਰਾਰਤੀ ਆ, ਵੀ ਕੋਈ ਬੱਚਾ ਇੱਥੇ ਬਹਿ ਵੀ ਜਾਵੇ, ਇੱਥੇ 40-50 ਕਿਲੋ ਐਂ ਵੇਟ ਆਪਾਂ ਦੇ ਵੀ ਦਈਏ, ਇਹਨੂੰ ਕੋਈ ਦਿੱਕਤ ਨਹੀਂ। ਹਾਂ, ਇੱਕ ਚੀਜ਼ ਹੈ, ਉਹ ਫਲੈਕਸੀਬਲ ਹੈ, ਜਿਵੇਂ ਹੱਥ ਇਹ ਸਟਰੋਂਗ ਹੈ, ਫਲੈਕਸੀਬਲ ਨਹੀਂ ਹੈ। ਉਹਦੇ ਜਿਹੜੇ ਵਾਲ ਹੁੰਦੇ ਆ ਨਾ ਸਟੈਚੂ ਦੇ, ਉਹ ਓਰੀਜਨਲ ਆਏ ਹੁੰਦੇ ਆ, ਉਹ ਝੜ ਸਕਦੇ, ਇਹ ਨਹੀਂ ਝੜ ਸਕਦੇ। ਬਿਲਕੁਲ, ਅਸੀਂ ਦੇਖ ਰਹੇ ਪੂਰਾ ਹਾਰਡ ਹੈ ਇਹ ਸਾਰਾ ਸਟੈਚੂ। ਜਿਹੜੀ ਤੁਸੀਂ ਆ ਬੀਅਰਡ ਹੈ, ਜਿਵੇਂ ਦਾੜੀ ਹੈ, ਇਹ ਇਸ 'ਤੇ ਖਾਸ ਟਾਈਮ ਲੱਗਦਾ ਇਸ 'ਤੇ ਬਣਾਉਣ ਨੂੰ ਇਸਨੂੰ? ਹਾਂਜੀ, ਦੇਖੋ ਟਾਈਮ ਤਾਂ ਸਭ ਤੋਂ ਪਹਿਲਾਂ ਇਹਦੇ ਮਾਸਟਰ ਪੀਸ 'ਤੇ ਲੱਗਦਾ, ਜਦੋਂ ਅਸੀਂ ਇੱਕ ਚਿਹਰਾ ਤਿਆਰ ਕਰਦੇ, ਤੁਹਾਡੇ ਕੈਮਰੇ ਦੇ ਜ਼ਰੀਏ ਦਿਖਾਵਾਂਗੇ ਦਰਸ਼ਕਾਂ ਨੂੰ, ਬਿਲਕੁਲ ਬਿਲਕੁਲ, ਵੀ ਇੱਦਾਂ ਅਸੀਂ ਤਿਆਰ ਕਰਦੇ ਹਾਂ, ਇੱਦਾਂ ਫੋਟੋ ਆਉਂਦਾ, ਫਿਰ ਕਿੱਦਾਂ ਇਹਦੇ ਕਈ, ਇੱਕ ਫੋਟੋ 3 ਵਾਰੀ ਬਣਦਾ ਜੀ, ਇਹ ਪਹਿਲਾਂ ਕੱਚਾ, ਫਿਰ ਡਾਈ, ਫਿਰ ਪੱਕਾ। ਹਾਂ, ਫੇਲ ਵੀ ਹੁੰਦਾ ਕਈ ਵਾਰੀ ਸੈਂਪਲ? ਬਹੁਤ ਵਾਰੀ, 4-4, 5-5 ਵਾਰੀ ਮਿਹਨਤ ਕਰਨੀ ਪੈਂਦੀ ਹੈ। ਹੁਣ ਤਾਂ ਆਰਡਰ ਇੰਨੇ ਆ ਰਹੇ ਤੁਹਾਨੂੰ ਵਿਦੇਸ਼ਾਂ ਤੋਂ, ਫਿਰ ਕਿਵੇਂ ਭੁਗਤਾਉਂਦੇ ਨੇ ਆਰਡਰ? ਮੈਂ ਫੜ 3 ਮਹੀਨੇ 'ਚ ਇੱਕ ਬਣਦਾ, 2 ਜਾਂ 3 ਮਹੀਨੇ 'ਚ ਹੀ ਹੁੰਦੇ ਆ, ਹਰ ਇੱਕ ਦੇ ਬਸ ਦਾ ਰੋਗ ਹੀ ਨਹੀਂ। ਮੈਂ ਸਭ ਨੂੰ ਪਿਆਰਾ ਹੁੰਦਾ ਵੀ ਚਲੋ ਵੱਧ ਤੋਂ ਵੱਧ ਆਉਣ ਆਰਡਰ। ਹਾਂ, ਪਰ ਨਹੀਂ ਬਜੇ ਬਣਦੇ ਨਹੀਂ ਇੰਨੇ, ਬਣਾਊ ਕਿਵੇਂ ਬੰਦਾ, ਰੌਲਾ ਤਾਂ ਇਹ ਨਾ, ਬਣਾਊ ਕਿਵੇਂ? ਜਿਵੇਂ ਹੋਰ ਬਈ ਮੈਨੂੰ 100-50 ਫੋਨ ਆ ਗਏ, ਉਹਨਾਂ 'ਚ 1-2 ਮਸਾਂ ਆਰਡਰ ਹੋਣਾ, ਕਿਉਂਕਿ ਕਈ ਵਾਰੀ ਅਗਲੇ ਨੂੰ ਸਮਝਾ ਦੇ ਵੀ ਨਹੀਂ ਤੁਹਾਡੇ ਭਾਈ ਤੁਸੀਂ ਘਰ 'ਚ ਇੱਥੇ ਨਹੀਂ ਲਾ ਸਕਦੇ ਇਹ, ਵੀ ਹੈ ਮੁੰਡੇ ਦੀ ਉਮਰ ਛੋਟੀ ਹੈ, ਵੀ ਜਿਹੜੇ ਆਮ ਕਈ ਵੀ ਕਹਿੰਦੇ ਮੈਂ ਬਜ਼ੁਰਗਾਂ ਦਾ ਬਣਾ, ਪਹਿਲਾਂ ਬਾਈ ਤੁਹਾਡੇ ਲਾਉਣ ਨੂੰ ਜਗ੍ਹਾ ਹੈਗੀ ਰੱਖਣ ਨੂੰ, ਵੀ ਇਹ ਨਾ ਹੋਵੇ ਵੀ ਤੁਸੀਂ ਭਾਈ ਆਪਦੀਆਂ ਜਿਹੜੀਆਂ ਜ਼ਰੂਰੀ ਲੋੜਾਂ ਉਹਨਾਂ ਵੱਲੋਂ ਤਾਂ ਵਾਂਝੇ ਰਹੋ, ਅਤੇ ਪੈਸੇ ਤੁਸੀਂ ਮੇਰੇ ਸਟੈਚੂ ਨੂੰ ਦੇ ਦਿਓ, ਇਹ ਜ਼ਰੂਰੀ ਦੇਖਣਾ ਪੈਂਦਾ। ਠੀਕ ਆ, ਭਾਵਨਾਵਾਂ ਸਭ ਦੀਆਂ ਜੁੜੀਆਂ, 1-2 ਹੈਗੀਆਂ ਉਦਾਹਰਣ। ਇੱਕ ਮੁੰਡਾ ਫੌਜੀ ਸੀ, ਉਹ ਕਹਿੰਦਾ ਮਾਂ ਦਾ ਸਟੈਚੂ ਬਣਾਉਣਾ ਹੀ ਬਣਾਉਣਾ, ਭਲਾ ਮੈਂ 5,000 ਰੁਪਇਆ ਮਹੀਨੇ ਦਾ ਦੇਵਾਂ, ਸਾਲ ਬਾਅਦ ਮੈਨੂੰ 2-1.5 ਸਾਲ ਬਾਅਦ ਦੇ ਦਿਓ। ਇੱਦਾਂ ਦੀਆਂ ਉਦਾਹਰਣਾਂ ਹੈਗੀਆਂ, ਇੱਕ ਬੰਦੇ ਦੀ ਉਦਾਹਰਣ ਕਿਸ਼ਤਾਂ ਕਰ ਲਓ, ਇੱਕ ਬੰਦੇ ਦੀ ਇੱਦਾਂ ਦੀ ਉਦਾਹਰਣ ਹੈਗੀ ਹੈ। ਉਹ ਬੰਦਾ ਮੈਨੂੰ ਬਾਅਦ 'ਚ ਦੱਸਿਆ ਉਹਨੇ ਲੋਨ ਲੈ ਕੇ ਸਟੈਚੂ ਬਣਾਇਆ, ਬਾਈ ਸਾਨੂੰ ਬਾਅਦ 'ਚ ਪਤਾ ਲੱਗਿਆ, ਤੁਹਾਨੂੰ ਪਤਾ ਲੱਗਿਆ, ਫਿਰ ਤੁਸੀਂ ਉਸਨੂੰ ਕੀ ਸੇਧ ਦਿੱਤੀ? ਬਸ ਉਹਦੀਆਂ ਭਾਵਨਾਵਾਂ ਜੁੜੀਆਂ ਸੀਗੀਆਂ, ਉਹਦੇ ਕੋਈ ਸੀਗੇ ਪ੍ਰੋਜੈਕਟ, ਕਹਿੰਦਾ ਮੈਂ ਸੋਚਿਆ ਵੀ ਸੀਗਾ ਵੀ ਮੈਂ ਬਣਾਉਣਾ ਹੀ ਬਣਾਉਣਾ, ਮੈਂ ਚਲੋ ਠੀਕ ਆ, ਵੈਸੇ ਮੈਂ
ਅਲੱਗ ਅਲੱਗ ਆਪਾਂ ਆਪਣੇ ਇੱਕ ਇਹ ਵੀ ਭਾਅ ਜੀ ਜਿਵੇਂ ਤੁਸੀਂ ਬੜੀ ਬਰੀਕੀ ਨਾਲ ਪੂਰੀ ਸ਼ਕਲ ਹੈ ਨਾ ਨੂੰ ਤਰਾਸ਼ਦੇ ਹੋ ਸਟੈਚੂ ਦੇ ਉੱਪਰ, ਕਈ ਇੱਦਾਂ ਦੇ ਵੀ ਕੇਸ ਆਏ ਨੇ ਵੀ ਯਾਰ ਅਸੀਂ ਹੋਰ ਥਾਂ ਵੀ ਟਰਾਈ ਕਰਿਆ, ਅਸੀਂ ਆਫ ਕੈਮਰਾ ਵੀ ਗੱਲ ਕੀਤੀ ਹੈ, ਤੁਸੀਂ ਕਿਹਾ ਸੀ ਇੱਕ ਸੰਤਾਂ ਦੀ ਫੋਟੋ ਹੈ ਨਾ, ਉਹਨਾਂ ਦੇ ਲਿਪ ਨਹੀਂ ਹੈਗਾ, ਉਹ ਹੋਰ ਥਾਂ ਟਰਾਈ ਕੀਤਾ ਉਹਨਾਂ ਦੇ ਲੋਕਾਂ ਨੇ ਉੱਥੇ ਗੱਲ ਨਹੀਂ ਬਣੀ। ਹਾਂਜੀ ਮੈਂ ਫੋਟੋ ਪਿੱਛੇ ਤਿਆਰ ਕਰੀ ਜਾਂਦਾ, ਆਪਾਂ ਦਿਖਾਵਾਂਗੇ ਮਹਾਂਪੁਰਸ਼ਾਂ ਦੀ ਫੋਟੋ ਹੈ ਜ਼ਿਆਦਾ ਮੇਰੇ ਕੋਲ, ਮਹਾਂਪੁਰਸ਼ਾਂ ਦੀਆਂ ਹੁਣ ਬਣਦੀਆਂ ਸੰਤਾਂ ਮਹਾਂਪੁਰਸ਼ਾਂ ਦੀਆਂ ਆਉਂਦੀਆਂ ਬਣਦੀਆਂ ਜਿਹੜੀ ਅਸੀਂ ਚੌਂਕੜਾ ਮਾਰ ਕੇ ਦਿਖਾਉਂਦੇ, ਉਹ ਵੀ ਫੋਟੋ ਦਿਖਾਉਂਦੇ ਅੰਦਰ ਪਈਆਂ। ਹਾਂਜੀ ਉਹ ਐਂ ਹੁੰਦਾ ਬਾਈ ਜੀ, ਜਿਹੜਾ ਬੰਦਾ ਆਰਟਿਸਟ ਆ ਨਾ ਉਹਦੀ ਅੱਖ ਨੇ ਚੀਜ਼ ਫੜਨੀ ਹੈ। ਕਈ ਵਾਰੀ ਕੀ ਹੁੰਦਾ ਜਦੋਂ ਫੋਟੋ ਜਿਹੜੇ ਆਪਣੇ ਧਾਰਮਿਕ ਸੰਸਥਾਵਾਂ ਉਹਨਾਂ ਦੀ ਕਮੇਟੀ ਦੇ 10 ਬੰਦੇ ਰਲ ਗਏ, ਉਹਨਾਂ ਦੀ ਆਸਮੇ ਸੋਚ ਨਹੀਂ ਰਲਦੀ, ਉਹਨੇ ਕਹਿਣਾ ਯਾਰ ਆਹ ਫੋਟੋ ਤੋਂ ਬਣਾਓ, ਦੂਜੇ ਨੇ ਕਹਿਣਾ ਆਹ ਫੋਟੋ ਤੋਂ ਬਣਾਓ, ਤੀਜੇ ਨੇ ਕਹਿਣਾ ਇਹ ਤੋਂ ਬਣਾਓ, ਉਹਨੇ ਕਹਿਣਾ ਐਂ ਰੱਖੋ। ਪਰ ਮੈਂ ਨਹੀਂ, ਪਰ ਮੈਂ ਸਾਰਿਆਂ ਦੀਆਂ ਸੁਣਦਾ, ਮੈਂ ਆਪਦੀ ਮਰਜ਼ੀ ਦੇ ਹਿਸਾਬ ਨਾਲ ਬਣਾਉਂਦਾ। ਔਰ ਕਿਤੇ ਅੱਜ ਤੱਕ ਮੈਂ ਕਹੂੰਗਾ ਵੀ ਠੀਕ ਆ, ਮੈਂ ਰੱਬ ਵੀ ਹੈ ਨਹੀਂ ਕੋਈ, ਮੈਂ ਕੋਈ ਵੀ ਮੈਂ ਜਮ੍ਹਾਂ ਹੂ ਬੂ ਬਣਾ ਦਿੰਦਾ, ਫਰਕ ਰਹਿ ਜਾਂਦਾ ਮੇਥੋਂ ਵੀ ਮਾੜਾ ਮੋਟਾ, ਉਹ ਕੋਈ ਫੋਟੋਆਂ ਦੇ ਵਿੱਚ ਫਰਕ ਹੈ, ਕੁਛ ਬਣਾਉਣ 'ਚ ਰਹਿ ਗਿਆ, ਕੁਛ ਕੋਈ ਮਿਸਟੇਕ ਰਹਿ ਗਈ, ਉਹ ਅਸੀਂ ਜਾਣੀ ਇੰਨਾ ਵੀ ਹੌਲੀ ਹੌਲੀ ਸੋਧ ਲੈਂਦੇ ਹਾਂ, ਹੌਲੀ ਹੌਲੀ ਅਸੀਂ ਉਹਨੂੰ ਸੋਧ ਲੈਂਦੇ ਹਾਂ। ਫਰਕ ਸਨੈਪ ਦੇ ਵਿੱਚ ਹੀ ਹੁੰਦਾ ਫੋਟੋਗ੍ਰਾਫੀ 'ਚ। ਹੁਣ ਬਾਈ ਟ੍ਰੇਨਿੰਗ ਕਿਵੇਂ ਲਈ ਭਾਅ ਜੀ? ਟ੍ਰੇਨਿੰਗ ਤਾਂ ਬਈ ਰੱਬ ਹੀ ਦਿੰਦਾ, ਪਰਮਾਤਮਾ ਹੀ ਦਿੰਦਾ, ਬੰਦਾ ਕੌਣ ਹੁੰਦਾ ਟ੍ਰੇਨਿੰਗ ਲੈਣ ਵਾਲਾ, ਹੈ ਨਾ। ਮੈਨੂੰ ਛੋਟੇ ਹੁੰਦੇ ਨੂੰ ਸ਼ੌਂਕ ਸੀ, ਮੈਂ 8 ਸਾਲ ਦੀ ਉਮਰ ਦੇ ਵਿੱਚ ਆਪਦੀ ਟ੍ਰੇਨਿੰਗ ਲਈ ਤੁਸੀਂ, ਮੈਂ 8 ਸਾਲ ਦੀ ਉਮਰ ਦੇ ਵਿੱਚ ਕਿੱਥੋਂ ਟ੍ਰੇਨਿੰਗ ਲੈ ਲਈ, ਮੈਂ ਆਪਦੀ ਮਾਂ ਮੇਰੀ ਮਿੱਟੀ ਗਾਰਾ ਬਣਾਈ ਜਾਂਦੀ ਸੀ, ਚੁੱਲ੍ਹੇ ਨੂੰ ਲਾਈ ਜਾਂਦੀ ਸੀ, ਉਹ ਤੋਂ ਮੈਂ ਥੋੜ੍ਹੀ ਜਿਹੀ ਮਿੱਟੀ ਲੈ ਕੇ ਅਤੇ ਇੱਕ ਬਲਦ ਬਣਾ ਲਿਆ ਸੀ, ਇੱਕ ਆਪਣਾ ਮਹਾਤਮਾ ਬੁੱਧ ਦਾ ਸਟੈਚੂ ਬਣਾ ਲਿਆ ਸੀਗਾ। ਅਤੇ ਉੱਥੋਂ ਫਿਰ ਮੈਨੂੰ ਜਦੋਂ ਅੱਗੇ ਕੀ ਹੁੰਦਾ ਸੀ, ਅੱਗੇ ਨਾ ਬੱਚੇ ਜਦੋਂ ਪੜ੍ਹਦੇ ਹੁੰਦੇ ਸੀਗੇ, ਟੀਚਰਾਂ ਨੂੰ ਹਰ ਬੱਚੇ ਦਾ ਪਤਾ ਹੁੰਦਾ ਸੀ ਜਿਹੜੇ ਆਪਣੇ ਸਰਕਾਰੀ ਸਕੂਲਾਂ 'ਚ, ਵੀ ਇਹ ਕਿੱਥੇ ਕੁ ਜੇ ਖੜ੍ਹਾ, ਇਹਦੀ ਪਰਿਵਾਰਕ ਸਥਿਤੀ ਕੀ ਹੈ, ਇਹਦਾ ਪਿਓ ਮਿਹਨਤ ਕਰਦਾ, ਮਜ਼ਦੂਰੀ ਕਰਦਾ, ਜ਼ਿਮੀਂਦਾਰ ਦਾ ਮੁੰਡਾ, ਉਹ ਟੀਚਰਾਂ ਨੂੰ ਪਤਾ ਹੁੰਦਾ ਸੀ ਅੱਗੇ ਨਿੱਜੀ ਤੌਰ 'ਤੇ ਪਿੰਡਾਂ ਦੇ ਵਿੱਚ। ਅਤੇ ਸਾਡੇ ਜਦੋਂ ਇੱਥੇ 5ਵੀਂ 6ਵੀਂ ਕਲਾਸ ਦੇ ਵਿੱਚ ਮੈਂ ਆਇਆ, ਸਾਡੇ ਡਰਾਇੰਗ ਟੀਚਰ ਸੀਗੇ, ਅਤੇ ਮੈਨੂੰ ਉਹਨਾਂ ਨੂੰ ਪਤਾ ਲੱਗੇ ਬਹੁਤ ਸੋਹਣੀ ਡਰਾਇੰਗ ਕਰਦਾ, ਮੈਂ ਉਹਨਾਂ ਸਕੈਚ ਬਣਾਉਂਦਾ, ਮੈਨੂੰ ਕਹਿੰਦਾ ਵੀ ਤੂੰ ਇਹ ਕੰਮ ਨਾ ਛੱਡੀ, ਕਹਿੰਦਾ ਕਿੰਨਾ ਦਾ ਮੁੰਡਾ, ਮੈਂ ਹੀ ਜੱਟਾਂ ਦਾ, ਕਹਿੰਦਾ ਤੂੰ ਘਰੋਂ ਸਰਦਾ ਵਰਦਾ, ਮੈਂ ਇਹੋ ਜੀ ਹਾਂ, ਕਹਿੰਦਾ ਤੂੰ ਇਹ ਕੰਮ ਨਹੀਂ ਛੱਡਣਾ, ਇੱਕ ਦਿਨ ਤੂੰ ਦੇਖੀ ਕਿੱਡਾ ਵੱਡਾ ਬੰਦਾ ਬਣੇਗਾ, ਕਿਉਂਕਿ ਇਹ ਕੰਮ ਮਹਿੰਗਾ ਬਾਈ ਜੀ, ਹਰ ਬੰਦਾ ਕਰ ਨਹੀਂ ਸਕਦਾ। ਫਿਰ ਮੈਂ ਬਾਈ ਜੀ ਪੇਂਟਿੰਗ ਦਾ ਕੰਮ ਨਹੀਂ ਮੈਂ ਛੱਡਿਆ, ਪਹਿਲਾਂ ਮੈਂ ਹੱਥ ਨਾਲ ਪੇਂਟਿੰਗ ਕਰਦਾ ਸੀਗਾ, ਉਹਨਾਂ ਦੀ ਮੈਂ ਗੱਲ ਸੀ ਕਿ ਲੜ, ਮੈਂ ਪੜ੍ਹੀ ਵੀ ਗਿਆ, ਕੋਰਸ ਵੀ ਕਰੀ ਗਿਆ, ਬਹੁਤ ਕੁਛ ਕੀਤਾ, ਘਰ ਦੇ ਮੈਨੂੰ ਡਾਕਟਰ ਵੀ ਬਣਾਉਣਾ ਚਾਹੁੰਦੇ ਸੀ, ਮਾਸਟਰ ਵੀ ਬਣਾਉਣਾ ਚਾਹੁੰਦੇ ਸੀ, ਪਰ ਮੈਂ ਇਹ ਕੰਮ ਨਹੀਂ ਛੱਡਿਆ। ਫਿਰ ਮੈਂ ਅਖੀਰ 'ਤੇ ਜਾ ਕੇ ਜਦੋਂ ਆਪਣੇ ਪਿਤਾ ਜੀ ਨੂੰ ਮੈਂ ਕਿਹਾ ਵੀ ਮੈਂ ਤਾਂ ਇਹੀ ਕੰਮ ਕਰਨਾ, ਮੈਂ ਗੁੱਸੇ ਹੋ ਕੇ ਗੁਰਦੁਆਰਾ ਮਹਿਤਣਾ ਸਾਹਿਬ ਚਲਾ ਗਿਆ ਸੀ, ਉੱਥੇ ਬਹੁਤ ਸਟੈਚੂ ਬਣੇ, ਤੁਸੀਂ ਦੇਖੇ ਹੋਣੇ ਕਿਤੇ ਮਹਿਦਣਾ ਗੁਰਦੁਆਰਾ ਸਾਹਿਬ, ਉੱਥੋਂ ਫਿਰ ਹੌਲੀ ਹੌਲੀ ਲੈਣ ਚੱਲਦੀ ਗਈ। ਬਿਲਕੁਲ, ਹੁਣ ਅਸੀਂ ਦੇਖ ਰਹੇ ਹਾਂ ਸਟੈਚੂ ਜਿਹੜੇ ਹੈਗੇ ਨੇ ਲਗਭਗ ਤਿਆਰ ਨੇ, ਇਹ ਕਦੋਂ ਕੁ ਫਿਰ ਡਿਲੀਵਰੀ ਹੋ ਜੂ ਇਹਨਾਂ ਦੀ? ਬਸ ਜੀ ਆਹ ਹੁਣ ਸੀਜ਼ਨ ਸੀਗਾ ਝੋਨੇ ਦਾ ਮੰਡੀਆਂ ਦਾ, ਅਤੇ ਇਹ ਵਿਹਲੇ ਹੋ ਜਾਣਗੇ, ਉਦੋਂ ਬਾਅਦ ਆਪਾਂ ਡਿਲੀਵਰੀ ਕਰ ਦਿਆਂਗੇ। ਅਸੀਂ ਬਾਈ ਜੀ ਕਾਹਲੀ ਨਹੀਂ ਕਰਦੇ, ਅਸੀਂ ਕਹਿੰਦੇ ਸਟੈਚੂ ਤਿਆਰ ਪਿਆ ਸਾਨੂੰ ਯਾਰ 10-15 ਦਿਨ ਦੇ ਦਿਓ, ਸਾਡੇ ਕੋਲ ਪਿਆ ਰਹਿਣ ਦਿਓ, ਨਾਲੇ ਤਾਂ ਕੋਈ ਮਾੜੀ ਮੋਟੀ ਕੋਈ ਚੀਜ਼ ਨੋਸ਼ ਨੁਸ਼ ਲੱਭ ਜਾਂਦਾ, ਨਾਲੇ ਦੁਨੀਆਂ ਦੇਖ ਲੈਂਦੀ। ਕੀ ਕੀ ਵਰਤਣੀਆਂ ਪੈਂਦੀਆਂ ਨੇ? ਕੋਈ ਸਾਵਧਾਨੀਆਂ ਨਹੀਂ ਬਾਈ ਜੀ, ਇਹਦੇ ਕੱਪੜੇ ਲਾਹ ਕੇ ਜਿਵੇਂ ਮਰਜ਼ੀ ਇਸ਼ਨਾਨ ਕਰਾ ਕੇ ਫੇਰ ਪਾ ਦਿਓ ਜੀ। ਹਾਂ, ਧੁੱਪ ਦੇ ਵਿੱਚ ਕਲਰ ਦੀ ਫੇਂਟ ਦੀ ਪ੍ਰੋਬਲਮ ਆ ਜਾਂਦੀ, ਧੁੱਪ ਦਾ ਪਰਹੇਜ਼ ਆ, ਧੁੱਪ ਦਾ ਪਰਹੇਜ਼, ਊਂ ਧੁੱਪ 'ਚ ਹੁੰਦਾ ਇਹਨੂੰ ਕੋਈ ਨਹੀਂ, ਕਲਰ ਹੀ ਫੇਂਟ ਹੋਣਾ ਇਹਨੇ। ਬਿਲਕੁਲ, ਜਗ੍ਹਾ ਦਾ ਅਸੀਂ ਦੇਖ ਰਹੇ ਹਾਂ, ਕਲਾ ਕੇਂਦਰ ਰੱਖਿਆ ਤੁਸੀਂ ਨਾਮ, ਤੇ ਹੋਰ ਕੀ ਕੀ ਭਾਜੀ ਜਿਹੜੀ ਹੈਗੀ ਨੇ ਹੋਰ ਬਾਈ ਜੀ ਕਲਾਕ੍ਰਿਤੀ ਦਿਖਾਓਗੇ? ਹਮੇਸ਼ਾ ਕੁਛ ਨਾ ਕੁਛ ਕਰਦੇ ਰਹਿੰਦੇ, ਹਮੇਸ਼ਾ ਵੀ ਕੁਛ ਨਵਾਂ ਕਰੀਏ, ਜ਼ਿੰਦਗੀ ਪਰਮਾਤਮਾ ਨੇ ਰੱਬ ਨੇ ਦਿੱਤੀ ਹੈ, ਪਤਾ ਨਹੀਂ ਕਿੰਨੀ ਦਿੱਤੀ ਹੈ ਕਿ ਨਾ, ਵੀ ਕੁਛ
ਇਹਦੀ ਵੀ ਕੋਈ ਨਵੀਂ ਸੇਧ ਦੇ ਦਈਏ। ਸਟੈਚੂ ਦੀ ਲਾਈਨ ਵੀ ਨਵੀਂ ਆਪਾਂ ਪਹਿਲਾਂ ਆਪਾਂ ਹੀ ਤਿਆਰ ਕੀਤੀ ਸੀ, ਵੀ ਦੇਖ ਰਹੇ ਸੀ ਬਣਾਇਆ ਤੁਸੀਂ ਹਨਾ, ਟਰੈਕਟਰ ਵੀ ਕਾਰਬਨ ਫਾਈਬਰ ਦਾ ਜੀ, ਆਪਦੇ ਵਿੱਚੋਂ ਖਾਲੀ ਹੈ, ਆਹ ਦੇਖੋ। ਅੱਛਾ ਹਾਂ, ਵਿੱਚ ਇਹਦੇ ਇੰਜਣ ਹੈ ਨਹੀਂ। ਇੰਜਣ ਹੈ ਨਹੀਂ, ਇੰਜਣ ਹੈ ਨਹੀਂ ਵਿੱਚ। ਇੱਕ ਪਲ ਲਈ ਤਾਂ ਲੱਗਾ ਸਾਨੂੰ ਵੀ ਅਸਲੀ ਹੁੰਦਾ। ਉਹ ਵੀ ਦੇਖ ਰਿਹਾ ਸੀ ਪਿੱਛੇ ਤੁਸੀਂ, ਖੂਹ ਵੀ ਬਣਾਇਆ ਹੋਇਆ ਹੈ ਨਾ, ਜਿਹੜੇ ਅੱਜ ਕੱਲ੍ਹ ਜਮੀ ਅਲੋਪ ਹੀ ਹੋ ਗਏ। ਖੂਹ ਭਾਅ ਜੀ ਮੈਂ ਦੋ ਸਾਲ ਤੋਂ ਸੋਚੀ ਜਾਂਦਾ ਵੀ ਮੈਂ ਖੂਹ ਬਣਾਵਾਂ, ਉਹਦੇ ਬਲਦ ਵੀ ਚੱਲਦੇ, ਹੁਣ ਖੂਹ 'ਚੋਂ ਪਾਣੀ ਵੀ ਨਿਕਲੇ। ਅੱਛਾ ਹਾਂ, ਇਹ ਤਕਰੀਬਨ ਅਸੀਂ ਹੁਣ ਇਹ 85% ਰੈਡੀ ਕਰ ਲਿਆ ਜੀ ਅਸੀਂ। ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ ਜੀ, ਕੈਮਰਾਮੈਨ ਨੂੰ ਕਹੂੰਗਾ ਮਾੜਾ ਜਿਹਾ ਇੱਧਰ। ਇੱਥੇ ਅਸੀਂ ਬਲਦਾਂ ਦੇ ਬਲਦ ਦੋ ਖੜੇ ਕਰ ਦੇਣੇ ਆ ਜੀ, ਠੀਕ ਹੈ। ਇਹ ਬਲਦ ਚੱਲਣਗੇ, ਅੱਛਾ, ਇੱਕ ਮਿੰਟ ਦੇ ਵਿੱਚ ਇਹ 3 ਚੱਕਰ ਦੇਊਗਾ ਜੀ, ਠੀਕ ਹੈ। ਪੁਰਾਣੇ ਸਮੇਂ ਦੀ ਤਸਵੀਰ ਤਾਜ਼ਾ ਕਰ ਰਹੇ ਹਾਂ, ਪੁਰਾਣੇ ਸਮੇਂ। ਫਿਰ ਉੱਥੇ ਅਸੀਂ ਉਹ ਚੱਕ ਲਾਤੇ ਜੀ, ਮੋਟਰ ਲਾਤੀ, ਵਿੱਚ ਗੇਅਰ ਬਾਕਸ ਲਾਤਾ, ਆਹ ਰਾਡ ਆ ਗਈ ਜਿਹੜੀ ਆਪਾਂ ਲੱਠ ਜੀ, ਇਹ ਖੂਹ ਅਸੀਂ ਆਰਟੀਫਿਸ਼ਲ ਬਣਾ ਲਿਆ ਜੀ ਬੱਜਰੀ ਦਾ। ਓਕੇ, ਹਾਂਜੀ, ਇੱਕ ਵਾਰੀ ਤਸਵੀਰਾਂ ਦਿਖਾਈ ਜਾਣ, ਦੇਖ ਸਕਦੇ ਹੋ ਤੁਸੀਂ, ਪੁਰਾਣੇ ਸਮੇਂ ਦੀ ਤਸਵੀਰ ਤਾਜ਼ਾ ਹੋ ਰਹੀ ਹੈ। ਦੇਖੋ ਕਿਸ ਤਰ੍ਹਾਂ ਘੁੰਮ ਕੇ ਜਿਹੜਾ ਹੈਗਾ, ਉੱਧਰ ਉਹਦਾ ਲੱਗਿਆ ਵਾ, ਲੋਕ ਲੱਗਿਆ ਵਾ ਜੀ। ਹਾਂ, ਘੁੰਮ ਕੇ ਇਹਨੇ ਪਾਣੀ ਕੱਢਣਾ ਬਾਹਰ ਜੀ, ਉਵੇਂ ਫਿਰ ਉਹ ਪਾਣੀ ਐਂ ਬਾਹਰ ਜਾਊਗਾ ਜੀ, ਉਹੀ ਪਾਣੀ ਅਸੀਂ ਵਾਪਸ ਫਿਰ ਪਾ ਕੇ ਫਿਰ ਚੱਕੀ ਜਾਣਾ ਹੈ, ਠੀਕ ਹੈ। ਇਸ ਖੂਹ ਨੂੰ ਬਣਾਉਣ ਪਿੱਛੇ ਮੋਟਿਵ ਕੀ ਹੈ ਤੁਹਾਡਾ ਮੇਨ? ਦੇਖੋ ਜੀ, ਖੂਹ ਖਤਮ ਹੋਏ ਨੂੰ 60 ਸਾਲ ਹੋ ਗਏ, ਆਜ਼ਾਦੀ ਤੋਂ ਪਹਿਲਾਂ ਤਕਰੀਬਨ ਚੱਲਦੇ ਸੀਗੇ ਖੂਹ, ਉਦੋਂ ਬਾਅਦ ਹੌਲੀ ਹੌਲੀ ਖਤਮ ਹੋ ਗਏ। ਹੁਣ ਅੱਜ ਅਸੀਂ ਬੱਚੇ ਸਾਡੇ ਕਿਤਾਬਾਂ 'ਚ ਦੇਖਦੇ ਖੂਹ ਜਾਂ ਵੀਡੀਓ 'ਤੇ ਦੇਖਦੇ ਆ, ਓਰਿਜਨਲ ਤਾਂ ਨਹੀਂ ਦੇਖਦੇ। ਕੋਈ ਇੱਦਾਂ ਦੀ ਵਿਵਸਥਾ ਕਰੋਗੇ ਵੀ ਬੱਚੇ ਇੱਥੇ ਆ ਕੇ ਦੇਖ ਸਕਣ ਜੀ? ਬਿਲਕੁਲ ਫਰੀ, ਕੋਈ ਟਿਕਟ ਨਹੀਂ ਹੋਊਗੀ, ਕੋਈ 24 ਘੰਟੇ ਆ ਕੇ ਬੱਚੇ ਦੇਖ ਸਕਦੇ ਆ। ਇਹਨੂੰ ਅਸੀਂ ਇਸੇ ਤਰੀਕੇ ਨਾਲ ਚੱਲਦਾ ਵੀ ਕਰਾਂਗੇ ਵੀ ਆਹ ਦੇਖੋ ਚੱਲਦਾ, ਐਂ ਖੂਹ ਹੁੰਦੇ ਸੀ, ਐਂ 'ਚੋਂ ਪਾਣੀ ਆਉਂਦਾ ਹੁੰਦਾ ਸੀ, ਸਾਡੇ ਇੱਕ ਬਜ਼ੁਰਗ ਵੀ ਬਣਾਵਾਂਗੇ ਕਈ ਲੈ ਕੇ ਐਂ ਖੇਤਾਂ ਨੂੰ ਜਾਂਦਾ ਵੀ ਐਂ ਸਾਡੇ ਖੇਤਾਂ ਨੂੰ ਫਿਰ ਉਹ ਪਾਣੀ ਜਾਂਦਾ ਸੀ, ਫਿਰ ਬੱਚੇ ਸਾਰੀ ਚੀਜ਼, ਫਿਰ ਖੂਹ ਦੇ ਵਿੱਚ ਅਸੀਂ ਕਿਵੇਂ ਕੁੜੀਆਂ ਪਾਣੀ ਭਰਨ ਆਉਂਦੀਆਂ, ਸਾਰਾ ਕੁਝ ਦਿਖਾਵਾਂਗੇ ਜੀ। ਪਰ ਸਮਾਂ ਲੱਗ ਜਾਂਦਾ ਚੀਜ਼ਾਂ ਨੂੰ, ਕਿਉਂਕਿ ਡਾਇਨਾਸੌਰ ਵੀ ਦੇਖ ਰਹੇ ਭਾਅ ਜੀ, ਵੱਡਾ ਵਿਸ਼ਾਲ ਤੁਸੀਂ ਬਣਾਇਆ ਹੋਇਆ, ਇਹਨੂੰ ਕਿੰਨਾ ਸਮਾਂ ਲੱਗਿਆ ਬਣਾਉਣ 'ਚ? ਇਹਨੂੰ ਲੱਗ ਗਏ ਸੀ ਵੀਰੇ 3 ਕੁ ਮਹੀਨੇ ਜਦੋਂ ਪਹਿਲਾ ਪੀਸ ਬਣਾਇਆ। ਅੱਛਾ, ਹਾਂਜੀ, ਪਹਿਲੇ ਪੀਸ 'ਤੇ ਟਾਈਮ ਲੱਗਦਾ, ਫਿਰ ਤਾਂ 20-25 ਦਿਨਾਂ 'ਚ ਹੀ ਬਣ ਜਾਂਦਾ। ਸਕੂਲਾਂ 'ਚ ਹੀ ਲਾਉਂਦੇ ਆ ਜੀ ਆਮ, ਜ਼ਿਆਦਾਤਰ ਬੱਚਿਆਂ ਨੂੰ ਦਿਖਾਉਣ ਵੀ ਆਹ ਜਾਨਵਰ ਹੁੰਦਾ ਸੀ ਡਾਇਨਾਸੌਰ, ਐਡਾ ਆਕਾਰ ਹੁੰਦਾ ਸੀ ਇਹਦਾ, ਐਂ ਬੱਚੇ ਐਂ, ਫਿਰ ਖਤਮ ਹੋ ਗਿਆ ਸੀ, ਇਹਦੀ ਪ੍ਰਜਾਤੀ ਖਤਮ ਹੋ ਗਈ ਸੀ, ਇਹ ਸਾਰੇ ਸਕੂਲਾਂ ਵਾਸਤੇ ਹੀ ਬਣਾਏ ਜਾਂਦੇ। ਇਹ ਫਿਰ ਆਪਾਂ ਮਾੜਾ ਜਿਹਾ ਕੈਮਰੇਮੈਨ ਨੂੰ ਕੋਈ ਵੀ ਝਲਕ ਦਿਖਾ, ਇਹ ਆਪਾਂ ਸਾਰੇ ਸਟੈਚੂ ਦਿਖਾਉਣ ਵਾਸਤੇ ਲਾਏ ਆ ਜੀ। ਬਿਲਕੁਲ ਬਿਲਕੁਲ, ਇਹ ਮਿਊਜ਼ੀਅਮ ਬਣਾਵਾਂਗੇ ਇੱਥੇ, ਆਪਾਂ ਇੱਕ ਪਾਰਕ ਹੀ ਬਣਾ ਦੇਣਾ ਜੀ, ਠੀਕ ਹੈ, ਬੱਚਿਆਂ ਦੇ ਦੇਖਣ ਵਾਸਤੇ ਸਕੂਲਾਂ ਦਾ। ਬਿਲਕੁਲ ਫਰੀ, ਬਿਲਕੁਲ ਫਰੀ, ਕੋਈ ਔਰ ਲਾਈਫ ਦੇ ਵਿੱਚ ਵੀ ਕੋਈ ਟਾਈਟ ਨਹੀਂ ਹੋ ਗਿਆ ਆਉਣ ਵਾਲੇ ਸਮੇਂ 'ਚ। ਹਾਂਜੀ, ਕਲਾ ਦਿੱਤੀ ਰੱਬ ਨੇ, ਇਹਨੂੰ ਲੋਕਾਂ ਨੂੰ ਦਿਖਾਉਣ ਦਾ ਮਕਸਦ ਇਹੀ ਹੈ ਜੀ। ਬਿਲਕੁਲ ਇਕਬਾਲ ਜੀ, ਤੁਹਾਡਾ ਮਕਸਦ ਬਹੁਤ ਹੀ ਵਧੀਆ ਮਕਸਦ ਹੈ ਤੁਹਾਡਾ, ਅਤੇ ਜਿਵੇਂ ਸੋਸ਼ਲ ਮੀਡੀਆ 'ਤੇ ਕਈ ਵਾਰੀ ਤੁਹਾਨੂੰ ਪਤਾ ਕਮੈਂਟ ਸੈਕਸ਼ਨ ਵਿੱਚ ਲੋਕ ਕਹਿੰਦੇ ਨੇ, ਕਹਿੰਦੇ ਜੀ ਇਹ ਤਾਂ ਇੱਕ ਤਰ੍ਹਾਂ ਦਾ ਗਲਤ ਰੀਤ ਚੱਲ ਰਹੀ ਹੈ, ਇੱਦਾਂ ਦੇ ਪੁਤਲੇ ਨਹੀਂ ਬਣਾਉਣੇ ਚਾਹੀਦੇ ਪਰਿਵਾਰਕ ਮੈਂਬਰਾਂ ਨੂੰ, ਐਵੇਂ ਮਾਨਸਿਕ ਰੋਗੀ ਬਣ ਜਾਂਦੇ ਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੰਤ ਵਿੱਚ? ਦੇਖੋ ਜੀ, ਮੈਂ ਤਾਂ ਬਾਹਲਾ ਕੁਛ ਤਾਂ ਨਹੀਂ ਮੈਂ ਕਹਿੰਦਾ, ਮੈਂ ਨਾ ਚੀਜ਼ ਦੀ ਜੜ ਫੜਦਾ ਹੁੰਦਾ, ਜੜ। ਅਸੀਂ ਬਾਹਰਲੇ ਕੰਟਰੀਆਂ ਜਾਂਦੇ ਹਾਂ, ਕੋਈ ਵੀ ਕੰਟਰੀ ਆ ਜਿਹੜਾ ਪੰਜਾਬੀਆਂ ਤੋਂ ਵਾਂਝਾ ਨਹੀਂ ਰਿਹਾ, ਔਰ ਸਾਰੇ ਕੰਟਰੀਆਂ 'ਚ ਮੈਂ ਸਟੱਡੀ ਕੀਤੀ ਹੈ, ਮੈਂ ਜਾਂਦਾ ਰਿਹਾ, ਦੇਖਿਆ ਮੈਂ ਜਿਹੜੇ ਵੱਡੇ ਵੱਡੇ ਕੰਟਰੀ 9-10, ਉੱਥੇ ਕੀ ਹੈ ਕਈ ਜਿਹੜੇ ਸਰਦੀਆਂ ਵਰਦੀਆਂ ਫੈਮਿਲੀਆਂ ਦੇ ਵਿੱਚ ਉਹਨਾਂ ਨੇ ਬਜ਼ੁਰਗਾਂ ਦੀਆਂ ਪੁਰਾਣੀਆਂ ਚੀਜ਼ਾਂ, ਪੁਰਾਣੇ ਫੋਟੋਗ੍ਰਾਫਸ ਜਾਂ ਉਹਨਾਂ ਦੇ ਸਟੈਚੂ ਘਰ ਦੇ ਵਿੱਚ ਬਣਾ ਕੇ ਲਾਏ ਹੋਏ ਆ, ਫਿਰ ਉਹਨਾਂ ਨੂੰ ਪੁੱਛੋ, ਕਹਿੰਦੇ ਵੀ ਇਹ ਸਾਡੀ, ਸਾਨੂੰ ਇੱਥੋਂ ਪ੍ਰੇਰਣਾ ਮਿਲਦੀ, ਅਸੀਂ ਜਿਹੜੇ ਪਹੁੰਚੇ ਆ ਨਾ ਇੱਥੋਂ ਤੱਕ ਸਾਡੇ ਬਜ਼ੁਰਗਾਂ ਕਰਕੇ ਪਹੁੰਚੇ, ਇਹ ਸਾਨੂੰ ਹਮੇਸ਼ਾ ਦਿਸਦੇ ਰਹਿਣਗੇ ਨਾ, ਸਾਡੇ ਅੰਦਰ ਠੋਕਰ ਵੱਜਦੀ ਰਹਿਣੀ ਹੈ
ਵੀ ਬਾਪੂ ਐਂ ਕਹਿੰਦਾ ਹੁੰਦਾ ਸੀ, ਬਾਪੂ ਐਂ, ਬਾਪੂ ਨੇ ਤਾਂ ਹਮੇਸ਼ਾ ਚੰਗੀ ਗੱਲ ਹੀ ਕਹਿਣੀ ਆ, ਮਾੜੀ ਨਹੀਂ ਕਹਿਣੀ। ਬਾਪੂ ਕਿਹੜਾ ਬੰਦਾ ਪਿਓ ਪੁੱਤ ਨੂੰ ਕਿਹੜਾ ਮਾੜਾ ਕਹਿ ਦੂ ਜਾਂ ਕਿਹੜਾ ਮਾੜੀ ਸਲਾਹ ਦੇ ਦੂ। ਉਹ ਠਕੋਰ ਅੰਦਰ ਇੱਕ ਚਿਨੰਗ, ਅੰਦਰ ਇੱਕ ਮਸ਼ਾਲ ਜਗਾਉਣ ਦੀ ਖਾਤਰ ਸਟੈਚੂ ਬਣਦੇ, ਨਾ ਕਿ ਇਹ ਮਾਨਸਿਕ ਰੋਗੀ ਬਣਨ ਦੀ ਖਾਤਰ। ਅੱਜ ਕੱਲ੍ਹ ਤਾਂ ਦੇਖਿਆ ਜਾਵੇ ਜਿਹੜੀ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ, ਮਾਪੇ ਜਿਹੜੇ ਹੈਗੇ ਨੇ ਉਹ ਬਿਰਧ ਆਸ਼ਰਮ 'ਚ ਰੁਲਦੇ ਨੇ। ਇਹ ਤਾਂ ਗੱਲ ਆ ਨਾ, ਪਰ ਉਹਨਾਂ ਦੇ ਸਟੈਚੂ ਉਹਨਾਂ ਦੇ ਤਾਂ ਨਹੀਂ ਬਣਨੇ, ਇਹ ਤਾਂ ਜਿਹੜੇ ਜਿਉਂਦੇ ਜੀ ਸਤਿਕਾਰ ਕਰਦੇ ਆ, ਜਿਉਂਦੇ ਜੀ ਉਹਨਾਂ ਦੇ ਪੂਰਨਿਆਂ 'ਤੇ ਚੱਲਦੇ ਆ, ਉਹਨਾਂ ਦੇ ਆਖੇ ਲੱਗਦੇ ਆ, ਜਿਨ੍ਹਾਂ ਨੇ ਅੰਦਰ ਚਿਣਗਾ, ਜਿਨ੍ਹਾਂ ਨੂੰ ਪਤਾ ਸਾਡੇ ਬਾਪੂ ਨੇ ਸਾਡੀ ਖਾਤਰ ਕੀ ਕੁਛ ਕੀਤਾ, ਉਹੀ ਬਣਾਉਣਗੇ, ਮੇਰੀ ਸ਼ਰਤ ਹੈ। ਔਰ ਮੈਂ ਜਦੋਂ ਸਟੈਚੂ ਲਾਉਣ ਜਾਂਦਾ, ਮੈਂ ਪਾਸੇ ਖੁਫੀਆ ਤੌਰ 'ਤੇ ਵੀ ਪਿੰਡ 'ਚੋਂ ਪਤਾ ਕੀਤਾ, ਉਹ ਕਹਿੰਦੇ ਬਾਈ ਸਤਿਕਾਰ ਇਹ ਪਹਿਲਾਂ ਵੀ ਬਹੁਤ ਕਰਦੇ ਸੀ। ਅੱਛਾ, ਤੁਸੀਂ ਪੂਰਾ ਮੈਂ ਪੂਰੀ ਜਾਣਦੇ ਹੋ ਵੀ? ਮੈਂ ਕਹਿੰਦਾ ਪੂਰੀ ਘੋਖ ਕਰਕੇ ਬਾਈ, ਘੋਖ ਕਰਕੇ ਠੀਕ ਹੈ। ਹੈ ਤੁਹਾਨੂੰ ਲੱਗਦਾ ਵੀ ਇੱਕ ਵੀ ਕੇਸ ਵੀ ਆ ਰਹੇ ਬੰਦੇ ਨੇ ਸੇਵਾ ਨਹੀਂ ਕਰੀ ਮਾਪੇ ਦੀ, ਫਿਰ ਤੁਸੀਂ ਮਨਾ ਕਰ ਦਿੰਦੇ ਉਹਨੂੰ? ਮੈਂ ਕਰ ਮਨਾ ਵਾਲਾ ਕੰਮ ਹੀ ਹੋ ਜਾਂਦਾ ਬਾਈ, ਪਹਿਲੀ ਗੱਲ ਤਾਂ ਆਉਂਦਾ ਹੀ ਨਹੀਂ ਬਾਈ। ਅਗਲਾ ਕਹਿੰਦਾ ਮੋਟਰਸਾਈਕਲ ਲੈ ਕੇ ਆਵਾਂਗੇ ਯਾਰ, ਲੱਖ ਰੁਪਈਆ ਲਾਵਾਂਗੇ ਸਟੈਚੂ 'ਤੇ, ਉਹ ਬਣਾਉਂਦਾ ਹੀ ਨਹੀਂ। ਅੱਜ ਦੀ ਘੜੀ ਆਸਾਨ ਨਹੀਂ ਹੈਗਾ ਉਹ ਵੀ ਗੱਲ ਹੈ। ਮੇਰੇ ਬਾਈ ਹੁਣ 12-15 ਬੰਦੇ ਕੰਮ ਕਰਦੇ ਆ, ਹੁਣ ਸਾਡਾ ਸਾਰਾ ਜਿੰਨੇ 15 ਬੰਦੇ ਕੰਮ ਕਰਦੇ, ਸਾਰਿਆਂ ਦੇ ਕਲਾ ਦੇ ਸਿਰ 'ਤੇ ਚੁੱਲ੍ਹੇ ਚੱਲਦੇ ਆ, ਰੋਜ਼ਗਾਰ ਵੀ ਦੇ ਰਹੇ, ਕੋਈ ਸਾਡਾ ਐਕਸਟਰਾ ਕੰਮ ਨਹੀਂ ਇੱਦੂ। ਜੇ ਵੀ ਕਹਿ ਦੇ ਸਾਬਤ ਕਰਦੇ ਮੈਂ ਕੋਈ ਹੋਰ ਕੰਮ ਚਲਾਉਣਾ, ਖੇਤੀਬਾੜੀ ਹੈਗੀ ਸਾਡੀ ਮਾੜੀ ਮੋਟੀ, ਜਿੰਨੇ ਸਾਰੇ ਬੰਦੇ ਸਾਰਿਆਂ ਦੇ ਇਸੋ ਚੱਲਦਾ। ਪਰ ਅਸੀਂ ਕਲਾ ਨੂੰ ਜਿੰਦਾ ਰੱਖਣ ਦੀ ਖਾਤਰ ਹਰ ਵਕਤ ਨਵੀਆਂ ਲਾਈਨਾਂ ਕੱਢਦੇ ਰਹਿੰਦੇ ਹਾਂ ਵੀ ਅਸੀਂ ਇਹ ਮਸ਼ਾਲ ਬੁਝਣ ਨਹੀਂ ਦੇਣੀ। ਜਿਹੜੀ ਪੰਜਾਬ ਦੀ ਕਲਾ, ਜਿਹੜੀ ਪੰਜਾਬ ਦੀ ਆਰਟ ਹੈ, ਇਹਨੂੰ ਉੱਪਰ ਚੱਕਣਾ। ਤਾਂ ਮੈਂ ਇੱਕ ਹੋਰ ਗੱਲ ਦੱਸਦਾ, ਤੁਸੀਂ ਖੋਜ ਕਰ ਲਿਓ, ਬੁੱਧੀਜੀਵੀਆਂ ਨਾਲ ਵੀ ਵਿਚਾਰ ਹੁੰਦੇ ਰਹਿੰਦੇ ਤੁਹਾਡੇ ਚੈਨਲ 'ਤੇ। ਜਿਹੜਾ ਸਾਡਾ ਸਟੈਚੂ ਕਲਾ ਸੀ ਬਹੁਤ ਨੀਵੀਂ ਸੀ, ਨਾ ਮਾਤਰ ਸੀ, ਔਰ ਅਸੀਂ ਹੌਲੀ ਹੌਲੀ ਗੁਰਦੁਆਰਾ ਮਹਿਦੇਆਣਾ ਸਾਹਿਬ ਕੰਮ ਕਰਨ ਲੱਗੇ, ਉੱਥੇ ਮਿਸਤਰੀ ਤਾਰਾ ਸਿੰਘ ਜੀ ਸੀ ਉਹ ਬਣਾਉਣ ਲੱਗੇ। ਪਹਿਲਾਂ ਜਿੰਨਾ ਵੀ ਸਾਡੇ ਸਟੈਚੂ ਆਉਂਦਾ ਸੀ 90% ਉਹ ਬਾਹਰਲੀਆਂ ਸਟੇਟਾਂ 'ਚੋਂ ਆਉਂਦਾ ਸੀ। ਉਦੋਂ ਬਾਅਦ ਹੁਣ 70-80% ਇੱਥੇ ਖੁਦ ਤਿਆਰ ਹੋਣ ਲੱਗ ਗਿਆ। ਹੁਣ ਲੱਗਦਾ ਕਲਾ ਦੀ ਕਦਰ ਪੈ ਰਹੀ ਹੈ, ਕਿਉਂਕਿ ਪਹਿਲਾਂ ਦੇਖਿਆ ਜਾਂਦਾ ਜਿਹੜੀ ਕਲਾਕ੍ਰਿਤੀਆਂ ਹੁੰਦੀ ਸੀ ਜਾਂ ਪੇਂਟਿੰਗ ਹੁੰਦੀਆਂ ਨੇ, ਉਹ ਉਸਦੀ ਜਿਹੜੀ ਕਦਰ ਹੈ ਉਹ ਵਿਦੇਸ਼ਾਂ 'ਚ ਪੈਂਦੀ ਸੀ, ਐਗਜੀਬਿਸ਼ਨ ਲੱਗਦੀਆਂ ਸੀਗੀਆਂ। ਤੁਹਾਨੂੰ ਲੱਗਦਾ ਹੁਣ ਪੰਜਾਬ ਲੈਵਲ 'ਤੇ ਕਲਾ ਦੀ ਕਦਰ ਪੈਂਦੀ ਹੈ? ਜੀ, ਮੈਂ ਆਰਟਿਸਟਾਂ ਨੂੰ ਇੱਕ ਸਲਾਹ ਦੇਊਂਗਾ ਵੀ ਤੁਸੀਂ ਕਲਾ ਕਰਨ ਅੱਗੇ ਕਲਾ ਨੂੰ ਪੈਸਾ ਨਹੀਂ ਦੇਖੋ, ਕਦੇ ਵੀ ਪੈਸਾ ਨਾ ਦੇਖੋ, ਕਲਾ ਕਰਦੇ ਰਹੋ, ਪੈਸਾ ਆਪਣੇ ਆਪ ਆਊਗਾ। ਉਹ ਕਿਵੇਂ? ਦੇਖ ਹੁਣ ਮੈਂ ਹਾਂ ਬਾਈ, ਮੈਂ ਵੱਧ ਤੋਂ ਵੱਧ ਫੋਟੋ ਬਣਾਵਾਂ, ਵੱਧ ਤੋਂ ਵੱਧ ਬੰਦਿਆਂ ਨੂੰ ਨਾਲ ਲਾਵਾਂ, ਜਿੰਨਾ ਵੀ ਕੰਮ ਕਰਾਂ, ਕਿੰਨੇ ਘਰਾਂ ਦੇ ਵਿੱਚ ਕਲਾ ਜਾਊਗੀ? ਪਹਿਲੀ ਗੱਲ ਤਾਂ ਅਗਲਿਆਂ ਦੇ ਬੱਚਿਆਂ ਨਹੀਂ ਸੋਚਣੇ ਵੀ ਕਿਵੇਂ ਬਣੀ ਹੈ, ਇਹਨੂੰ ਕਿਵੇਂ ਰੰਗ ਹੋਇਆ, ਕੋਸ਼ਿਸ਼ ਕਰਨਗੇ, ਇਹਦੇ ਨਾਲ ਕਲਾ ਵਧਣੀ ਹੈ ਘਟਣੀ ਹੈ। ਔਰ ਸਾਡੇ ਜਿਹੜਾ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਟੂਰਿਸਟ ਇਹਦੇ ਨਾਲ ਹੀ ਵਧਣਾ। ਜੇ ਮਿਊਜ਼ੀਅਮ ਬਣਨਗੇ, ਪਾਰਕ ਬਣਨਗੇ, ਵੱਖਰੀਆਂ ਚੀਜ਼ਾਂ ਬਣਨਗੀਆਂ, ਫਿਰ ਹੀ ਵਧਣਾ। ਅਸੀਂ ਬਾਹਰਲੇ ਕੰਟਰੀਆਂ 'ਚ ਕੀ ਦੇਖਣ ਜਾਂਦੇ ਹਾਂ? ਕਲਾ ਦੇਖਣ ਹੀ ਜਾਂਦੇ ਹਾਂ। ਹੋਰ ਪੁਰਾਣੀ ਉਹਨਾਂ, ਉਹ ਪਤਾ ਨਹੀਂ ਕਦੋਂ ਤੋਂ ਕਲਾ ਨੂੰ ਸ਼ੁਰੂਆਤ, ਸਾਡੇ ਕਲਾ ਦੀ ਸ਼ੁਰੂਆਤ ਹੀ ਹੁਣ ਹੋਈ ਹੈ ਹਾਲੇ। ਸਾਡੇ ਭਵਨ ਨਿਰਮਾਣ ਕਲਾ ਸੀਗੀ, ਉਹ ਖਤਮ ਹੋ ਗਈ, ਆਹ ਚੀਜ਼ ਸੀਗੀ। ਜੇਕਰ ਤੁਸੀਂ ਕਹਿ ਰਹੇ ਹੋ ਬੱਚਿਆਂ ਵਾਸਤੇ ਉਹਦੇ ਫਰੀ ਟਿਕਟ ਹੈ ਨਾ ਕੀਤੀ ਜਾਊਗੀ, ਪੂਰਾ ਐਗਜੀਬਿਸ਼ਨ ਲਾਇਆ ਜਾਊਗਾ, ਜੇਕਰ ਬੱਚੇ ਵੀ ਕਲਾ ਸਿੱਖਣੀ ਚਾਹੁੰਦੇ ਹੁਣ, ਫਿਰ ਉਹਦੇ ਲਈ ਤੁਸੀਂ ਕੀ ਉਪਰਾਲਾ ਕਰੋਗੇ? ਫਿਰ ਅਸੀਂ ਉਹਦੇ ਵਾਸਤੇ ਜੀ ਇੱਕ ਮਹੀਨੇ 'ਚ ਇੱਕ ਕਲਾਸ ਰੱਖਾਂਗੇ, ਸਾਡੇ ਕੋਲ ਹਾਲ ਹੈਗਾ, ਅਸੀਂ ਟ੍ਰੇਨਿੰਗ ਦਿਆ ਕਰਾਂਗੇ, ਆਉਣ ਸਹੀ ਗਰੁੱਪ ਬਣਾਉਣ, ਪ੍ਰੇਰਿਤ ਕਰੂੰਗੇ। ਹਾਂਜੀ ਬਿਲਕੁਲ ਕਰਾਂਗੇ ਜੀ, ਸਾਨੂੰ ਉਹਦਾ ਫਾਇਦਾ, ਕਿਉਂਕਿ ਆਉਣ ਵਾਲੇ ਸਮੇਂ ਸਾਨੂੰ ਆਰਟਿਸਟਾਂ ਦੀ ਲੋੜ ਹੈ, ਤਾਂ ਅਸੀਂ ਪੰਜਾਬ ਤੋਂ ਆਰਟਿਸਟ ਲਵਾਂਗੇ, ਬਾਹਰੋਂ ਥੋੜ੍ਹੋ ਲਿਆਵਾਂਗੇ, ਸਮਝੀ ਨਾ ਗੱਲ। ਹਾਂ ਜੀ ਬਿਲਕੁਲ ਬਿਲਕੁਲ। ਸੋ ਇਸ ਜੀ ਇਕਬਾਲ ਸਿੰਘ ਗਿੱਲ, ਜਿਹੜੇ ਕਿ ਇੱਕ
ਆਰਟਿਸਟ ਨੇ, ਸੋ ਉਹਨਾਂ ਦੀ ਅਸੀਂ ਕਲਾਕਾਰੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ, ਦੇਖ ਸਕਦੇ ਹੋ ਅਸੀਂ ਕਲਾਕ੍ਰਿਤੀ ਇਹਨਾਂ ਦੀਆਂ। ਹਾਲ ਦੇ ਵਿੱਚ ਵੀ ਥੋੜੀ ਨਿਗਾਹ ਮਰਾ ਦਿੰਦੇ, ਬਿਲਕੁਲ ਹਾਲ ਵੀ ਦਿਖਾਵਾਂਗੇ ਇਹਨਾਂ। ਹਾਂਜੀ, ਹਾਲ ਵਿੱਚ ਵੀ ਉਹਦੇ 'ਚ ਕਾਫੀ ਚੀਜ਼ਾਂ ਅਸੀਂ ਤਿਆਰ ਕਰਕੇ ਰੱਖੀਆਂ ਜੀ, ਕਿਉਂਕਿ ਕਈ ਵਾਰੀ ਗਾਹਕ ਦੇ ਕੋਲ ਟਾਈਮ ਨਹੀਂ ਹੁੰਦਾ, ਬਿਲਕੁਲ ਵੀ ਆਹ ਸਟੈਚੂ ਸਾਨੂੰ ਕੱਲ੍ਹ ਨੂੰ ਚਾਹੀਦਾ, ਅਤੇ ਉਹ ਤਰ੍ਹਾਂ ਦਾ ਵੀ ਜਿਹੜੇ ਸਟੈਚੂ ਕੁਛ ਅਸੀਂ ਰੈਡੀ ਕਰਕੇ ਰੱਖੇ ਹੈ ਉਹ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਫਿੱਟ ਕਰਨ ਦੇ ਪਾਬੰਦ ਹੁੰਦੇ ਹਾਂ ਜੀ। ਅੱਛਾ, ਹਾਂਜੀ ਬਿਲਕੁਲ। ਸੋ ਅੰਦਰਲੀਆਂ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਪੂਰਾ ਸਟਾਕ ਭਰ ਕੇ ਰੱਖਿਆ ਹੋਇਆ ਇਹਨਾਂ ਨੇ ਸਟੈਚੂਜ਼ ਦਾ। ਸੋ ਤਸਵੀਰਾਂ ਦੇਖੋ ਤੁਸੀਂ, ਕਿਆ ਮਾਹੌਲ ਹੈ ਜੀ, ਦੇਖੋ ਤੁਸੀਂ, ਦੇਖੋ ਪੂਰਾ ਜਿਹੜਾ ਹਾਲ ਹੈ ਉਹ ਸਟੈਚੂ ਦੇ ਨਾਲ ਭਰਿਆ ਹੋਇਆ। ਆਹ ਵੀ ਇਹ ਵੀ ਲੈ ਕੇ ਜਾਣਗੇ ਜੀ ਸਟੈਚੂ? ਹਾਂ, ਬਜ਼ੁਰਗਾਂ ਦੇ ਬਣਾਏ ਵੀ ਤਿਆਰ ਕਰੀ ਜਾਂਦੇ ਹਾਂ ਜੀ ਹਲੇ। ਇਹ ਜਿਹੜਾ ਹਾਲ ਹੈ ਭਾਜੀ ਕਿੰਨੇ ਸਮੇਂ 'ਚ ਭਰਿਆ ਤੁਸੀਂ, ਇਹ ਕਿੰਨਾ ਸਮਾਂ ਲੱਗ ਗਿਆ ਸਾਰੀ ਇੱਕ ਲੱਗ 22 ਸਾਲ ਲੱਗ ਗਏ ਜੀ ਮਿਹਨਤ ਇੱਕ ਹਾਲ ਦੇ ਵਿੱਚ। ਹਾਂ, ਮੈਂ ਬਣਾ ਰੱਖੀ ਜਾਂਦਾ ਜੀ, ਕਿਉਂਕਿ ਇਹਦੇ ਮਾਸਟਰ ਪੀਸ ਤੋਂ ਬਾਅਦ ਫਿਰ ਇਹਦੀ ਇੱਕ ਡਾਈ ਤਿਆਰ ਹੁੰਦੀ ਹੈ। ਇਹ 22 ਸਾਲਾਂ ਦੀ ਕਮਾਈ ਹੈ ਜੀ, ਇਹ 22 ਸਾਲਾਂ ਦੀ ਕਮਾਈ, ਹਿਸਾਬ ਲਾ ਲਓ। ਕਿਆ ਬਾਤ, ਦੇਖ ਸਕਦੇ ਜੀ ਇਕਬਾਲ ਸਿੰਘ ਗਿੱਲ ਜੀ ਦੀ 22 ਸਾਲਾਂ ਦੀ ਕਮਾਈ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਮੰਦਰਾਂ ਵੱਲੋਂ ਵੀ ਖਾਸ ਤੌਰ 'ਤੇ ਭਾਜੀ ਕੋਈ ਆਉਂਦੀ ਹੈ ਕੋਈ ਰਿਕੁਆਇਰਮੈਂਟ? ਸਾਰੇ ਦੇਵੀ ਦੇਵਤਿਆਂ ਦੀ ਬਣਾਉਣੇ ਆ, ਪਰ ਸਾਰਿਆਂ ਦੇ ਬਣਾਉਣੇ ਜੀ, ਮਹਾਂਪੁਰਸ਼ਾਂ ਦੇ, ਜਿਹੜੇ ਮਹਾਂਪੁਰਸ਼ਾਂ ਦਾ ਵੀ ਬਣਾਉਂਦੇ ਆ, ਦੇਵੀ ਦੇਵਤਿਆਂ ਦੀ ਬਣਾਉਂਦੇ ਆ, ਪੀਰਾਂ ਫਕੀਰਾਂ ਦੇ ਵੀ ਬਣਾਉਂਦੇ ਆ। ਦੇਖੋ ਜਦੋਂ ਰੱਬ ਨੇ ਕਲਾ ਦਿੱਤੀ ਅਸੀਂ ਤਾਂ ਹਰ ਚੀਜ਼ ਨੂੰ ਫਿਰ ਤਿਆਰ ਕਰਨਾ ਜੀ, ਕਿਉਂਕਿ ਸਾਡੇ ਕੋਲ ਤਾਂ ਹਰ ਤਰ੍ਹਾਂ ਦਾ ਗਾਹਕ ਆਉਣਾ। ਅੱਛਾ, ਹੋਰ ਧਰਮ ਨੂੰ ਲੈ ਕੇ ਵਿਤਕਰਾ ਨਹੀਂ ਕਰਦੇ? ਦੱਸਦਾ ਮੈਂ ਨਵੀਂ ਗੱਲ ਇੱਕ ਜੀ, ਮੈਨੂੰ ਪਾਕਿਸਤਾਨ ਤੋਂ ਫੋਨ ਆਇਆ, ਮੁੰਡਾ ਇਟਲੀ ਰਹਿੰਦਾ ਸੀ ਪਾਕਿਸਤਾਨ ਦਾ, ਕਹਿੰਦਾ ਮੈਂ ਸਟੈਚੂ ਬਣਾਉਣਾ ਆਪਦੇ ਪਿਤਾ ਜੀ ਦਾ। ਮੈਂ ਵੀ ਬਣਾ ਤਾਂ ਲੈ, ਪਹਿਲਾਂ ਆਪਦੇ ਘਰਦਿਆਂ ਤੋਂ ਪੁੱਛਦਾ ਤੁਹਾਡੇ ਪਾਕਿਸਤਾਨ 'ਚ ਇਹ ਚੀਜ਼ ਚੱਲਦੀ ਨਹੀਂ ਜੀ, ਕਹਿੰਦਾ ਯਾਰ ਇਹ ਤਾਂ ਮੈਂ ਸੋਚਿਆ ਨਹੀਂ, ਮੈਂ ਵੀ ਸੋਚ ਲਾ ਪਾਕਿਸਤਾਨ 'ਚ ਨਹੀਂ ਇਹ ਚੀਜ਼ ਚੱਲਦੀ, ਚੱਲਦੀ ਨਹੀਂ ਉੱਥੇ, ਨਹੀਂ ਚੱਲਦੀ ਐਵੇਂ। ਉਹ ਮੁੰਡੇ ਨੇ ਫਿਰ ਸੋਚਿਆ, ਫਿਰ ਘਰਦਿਆਂ ਨਾਲ ਗੱਲ ਕੀਤੀ, ਉੱਥੇ ਸਟੈਚੂ ਨੂੰ ਇੰਨਾ ਨਹੀਂ ਮੰਨਦੇ ਗੇ। ਬਿਲਕੁਲ, ਅਸੀਂ ਦੇਖ ਰਹੇ ਪੀਰਾਂ ਫਕੀਰਾਂ ਦੇ ਵੀ ਸਟੈਚੂ ਤੁਸੀਂ ਬਣਾਏ ਹੋਏ ਨੇ, ਸੋ ਕਿਸੇ ਵੀ ਹਿਸਾਬ ਨਾਲ ਆਪਾਂ ਕਹਿ ਦਈਏ ਧਰਮ ਨਾਲ ਆਪਾਂ ਵਿਤਕਰਾ ਨਹੀਂ ਕਰਦੇ ਤੁਸੀਂ? ਨਹੀਂ, ਬਿਲਕੁਲ ਨਹੀਂ ਕਰਦੇ, ਪੂਰਾ ਸਤਿਕਾਰ। ਇਹ ਹਾਲ ਬਣਾਉਣ ਦਾ ਵੀ ਇਹੀ ਹੈ ਮਕਸਦ ਵੀ ਅਸੀਂ ਪੂਰਾ ਇਹਨੂੰ ਸੇਫ ਰੱਖ ਸਕੀਏ ਮੀਂਹ ਨੇਰੀ ਤੋਂ, ਪਾਣੀ ਤੋਂ, ਇੱਕ ਇੱਦੂ ਉੱਪਰ ਵੀ ਹੈ ਦੇਵੀ ਦੇਵਤਿਆਂ ਦੇ ਰੱਖੇ ਹੋਏ ਸਾਡੇ ਹਾਲ 'ਚ। ਅਤੇ ਅਸੀਂ ਜੀ ਦੇਖੋ ਆਰਟ ਨੂੰ ਸਾਂਭਣ ਦਾ ਕੋਸ਼ਿਸ਼ ਕੀਤੀ ਹੈ ਵੀ ਆਰਟ ਜਿੰਨੀ ਵੀ ਸਾਂਭੇ ਸੰਭਾਲੀ ਜਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਹ ਤੋਂ ਪ੍ਰੇਰਣਾ ਲੈ ਸਕਣ।